ਖਸਮੈ ਨਾਉ ਨਾ ਜਾਈ, ਮਨ ਹਾਲੀ ਕਿਰਸਾਨੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਦੇਵ ਗੰਧਾਰੀ ਮਹਿਲਾ ਪੰਜਵਾ, ਆਪਣੇ ਸਤਿਗੁਰ ਪਹਿ ਬਿਨੋ ਕਹਿਆ, ਭਏ ਕਿਰਪਾਲ ਦਿਆਲ ਦੁਖ ਭੰਜਨ, ਮੇਰਾ ਸਗਲ ਅੰਦੇਸਰਾ ਗਿਆ ਰਹਾਉ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਅੰਦਰ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ, ਚਾਨਣ ਹੋਆ ਜਿਉਂ ਕਲ ਸੂਰਜ ਨਿਕਲਿਆ, ਤਾਰੇ ਛੱਪੇ ਅੰਧੇਰ ਪਲੋਹਾ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਆਮਦ ਦਾ ਜਿਹੜਾ ਸੱਚ ਹੈ ਨਾ, ਤਾਰੇ ਛੱਪ, ਤਾਰੇ ਲੁੱਕ ਗਏ, ਤਾਰੇ ਛੱਪ ਅੰਧੇਰ ਪਲੋਹਾ, ਭਾਵ ਕਿ ਜਿੰਨੇ ਵੀ ਮਿਰਗ ਸਨ, ਜਿੰਨੀ ਵੀ ਮਿਰਗ ਤੋਂ ਭਾਵ ਜਿੰਨੇ ਵੀ ਕਰਮ ਕਾਂਡ ਸਨ, ਝੂਠ ਸੀ, ਫਰੇਬ ਸੀ, ਧਰਮ ਦੇ ਨਾਮ 'ਤੇ ਠੱਗੀ ਸੀ। ਸਾਹਿਬ ਜੀ ਦੇ ਬਾਬਤ ਭਾਈ ਗੁਰਦਾਸ ਜੀ ਕਹਿੰਦੇ, ਸਿੰਘ ਬੁਕੇ ਮਿਹਰ ਗਾਵਲੀ, ਭੰਨੀ ਜਾਏ ਨਾ ਧੀਰ ਧਰੋਵਾ। ਧੀਰਜ ਨਹੀਂ ਰਿਹਾ ਮਿਰਗਾਂ ਨੂੰ। ਜਿਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸ਼ੇਰ ਦੀ ਦਹਾੜ, ਇਹ ਅਗਮੀ ਬਾਣੀ ਪ੍ਰਗਟ ਹੋਈ। ਗੁਰੂ ਪਾਤਸ਼ਾਹ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਸਮਾਗਮ ਆਪ ਸੰਗਤਾਂ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਵਿਚਾਰ ਸਹਿਤ ਆਪ ਵੀ ਪੜ੍ਹ ਰਹੇ ਹੋ, ਘਰ ਜਾ ਕੇ ਵਿਚਾਰਾਂ ਵੀ ਕਰ ਰਹੇ ਹੋ, ਜੀਵਨ 'ਚ ਤਬਦੀਲੀ ਵੀ ਸਤਿਗੁਰੂ ਜੀ ਦੇ ਪਾਸ ਅਰਦਾਸ ਕਰ ਰਹੇ ਹੋ ਕਿ ਸਤਿਗੁਰੂ ਜੀ ਕਿ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁੱਖ ਕਰ ਲੈ ਜਾਏ, ਕਿ ਅਸੀਂ ਦੁੱਖ ਸਾਰੇ ਖਤਮ ਕਰਕੇ ਇਸ ਅਗਮੀ ਖਜ਼ਾਨੇ ਨਾਮ ਦੇ ਸੁੱਖ ਨੂੰ ਆਪਣੇ ਹਿਰਦੇ ਰੂਪੀ ਘਰ 'ਚ ਵਸਾਈਏ। ਅੱਜ ਦੇ ਸ਼ਬਦ ਇਸੀ ਪ੍ਰਥਾਏ ਨੇ ਕਿ ਇਸ ਹਿਰਦੇ ਰੂਪੀ ਘਰ ਦੇ ਵਿੱਚ ਇਹ ਸੁੱਖਾਂ ਦੀ ਬਾਣੀ ਸੁਖਮਣੀ, ਜਿਹਨੂੰ ਗੁਰੂ ਅਰਜੁਨ ਸਾਹਿਬ ਮਹਾਰਾਜ ਜੀ ਨੇ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕਹਿ ਮਨ ਵਿਸ਼ਰਾਮ, ਮਨ ਦੇ ਵਿੱਚ ਟਿਕਾ ਆਏ, ਵਿਸ਼ਰਾਮ ਆਏ, ਪ੍ਰਭੂ ਦੇ ਦਰਸ਼ਨਾਂ ਦੀ ਤਾਂਗ ਬਣੇ, ਸਿਮਰਨ ਦੀ ਅਤੇ ਬਾਣੀ ਦੀ ਤਾਂਗ ਬਣੇ। ਅਤੇ ਇਹ ਤਾਂਗ ਕਿੱਥੇ ਮਿਲੇਗੀ ਜੀ? ਸਤਸੰਗਤ ਐਸੀ ਜਾਣੀਆਂ ਜਿੱਥੇ ਏਕੋ ਨਾਮ ਵਖਾਣੀ ਹੈ, ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਇਹ ਬੂਝ, ਇਹ ਸੂਝ ਸਤਸੰਗਤ ਦੇ ਵਿੱਚ ਮਿਲੇਗੀ। ਸਤਸੰਗੀ ਜਨੋ, ਜਿੰਨੇ ਗੁਰੂ ਦਰਬਾਰ 'ਚ ਮੌਜੂਦ ਹੋ, ਜਿੰਨੇ ਘਰ ਬੈਠੇ ਹੋ, ਕਰੋ ਜੀ ਰਸਨਾ ਪਵਿੱਤਰ, ਗੱਜ ਵੱਜ ਕੇ ਗੁਰੂ ਬਖਸ਼ੀ ਫਤਿਹ ਸਾਂਝੀ ਕਰੋ ਜੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕੱਲ੍ਹ ਆਪਾਂ ਜਿਹੜੇ ਛੱਕੀਆਂ ਦੇ ਸਮੂਹ ਹੈ ਸ਼ਬਦਾਂ ਦੇ, ਉਹਦੀ ਸਮਾਪਤੀ ਕੀਤੀ ਹੈ। ਅੱਗੇ ਹੁਣ ਲੜੀਵਾਰ ਸ਼ਬਦ, ਭਾਵ ਕਿ ਛੱਕਿਆਂ ਤੋਂ ਅਲੱਗ ਨੇ, ਉਹ ਰੂਪ ਹੁਣ ਸ਼ੁਰੂ ਹੋਇਆ ਹੈ ਜੀ। ਦੇਵ ਗੰਧਾਰੀ ਮਹੱਲਾ ਪੰਜਵਾਂ, ਗੁਰੂ ਅਰਜੁਨ ਸਾਹਿਬ ਮਹਾਰਾਜ ਜੀ ਆਪਣੇ ਸਤਿਗੁਰ ਪਹਿ ਬਿਨੋ ਕਹਿਆ, ਸ਼ਬਦ ਹੀ ਅੱਜ ਅਰਦਾਸ ਤੋਂ ਸ਼ੁਰੂ ਹੈ ਕਿ ਅਰਦਾਸ ਕਰਨ ਆਇਆ ਕਿ ਸਾਹਿਬ ਜੀ ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਈ ਵਿਚਾਰੋ, ਤਿਤ ਕਰ ਗਾਵੋ ਸੁਹਿਲਾ ਸਿਵਰਿਓ ਸਿਰਜਨ ਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੁਹਿਲਾ, ਹਉ ਵਾਰੀ ਮੈਂ ਬਲਹਾਰ ਜਾਵਾਂ, ਜਿਤ ਸੁਹਿਲੈ ਸਦਾ ਸੁਖ ਹੋਏ। ਜਿਸ ਦੇ ਗੀਤ ਗਾਉਣ ਦੇ ਨਾਲ ਮੈਨੂੰ ਸੁੱਖ ਮਿਲੇ, ਮੈਂ ਅਰਦਾਸ ਕਰਾਂ ਪ੍ਰਭੂ ਜੀ ਐਸੀ ਸਿਫਤ ਸਲਾਹ ਦੀ ਜਾਂਚ ਬਖਸ਼ੋ। ਆਪਣੇ ਸਤਿਗੁਰ ਪਹਿ ਬਿਨੋ ਕਹਿਆ, ਭਏ ਕਿਰਪਾਲ ਦਿਆਲ ਦੁੱਖ ਭੰਜਨ, ਮੇਰੇ ਦੁੱਖ ਨਾਠੇ ਜਾਣ, ਸੁੱਖਾਂ ਦਾ ਪ੍ਰਕਾਸ਼ ਹੋਏ, ਮੇਰਾ ਸਗਲ ਅੰਦੇਸਰਾ ਗਿਆ। ਜਿੰਨੇ ਵੀ ਅੰਦਰ ਅੰਦੇਸਰਾ ਅੰਦੇਸੇ ਨੇ, ਜਿੰਨੇ ਵੀ ਦੁਬਦਾ, ਜਿੰਨੀ ਵੀ ਦੁਚਿੱਤਾਪਨ ਹੈ, ਸਤਿਗੁਰੂ ਜੀ ਕਹਿੰਦੇ ਹੈ ਆਪ ਅਰਦਾਸ, ਹਰ ਇੱਕ ਸਿੱਖ ਆਪਣੀ ਅਰਦਾਸ ਕਰੇ, ਆਪ ਸਤਿਗੁਰ ਪਾਸੋਂ ਮੰਗੀਏ ਕਿ ਪਾਤਸ਼ਾਹ ਜੀ ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ
ਨਾਮ ਆਠ ਪਹਿਰ ਆਰਾਧਿਆ ਪੂਰਨ ਸਤਿਗੁਰ ਗਿਆਨ। ਪੂਰਨ ਗਿਆਨ ਮਿਲੇ ਤਾਂ ਕਿ ਸਾਰਾ ਅੰਦੇਸ਼ਾ ਖਤਮ ਹੋਏ ਜੀ ਰਹਾ। ਹਮ ਪਾਪੀ ਪਾਖੰਡੀ ਲੋਭੀ ਹਮਰਾ ਗੁਣ ਅਵਗੁਣ ਸਭ ਸਹਿਆ ਕਰ ਮਸਤਕ ਤਾਰ ਸਾਜ ਨਿਵਾਜੇ ਮੂਏ ਦੁਸ਼ਟ ਜੋ ਖਿਆ। ਕੱਲ ਵੀ ਪੜਿਆ ਸੀ ਕਿ ਸਤਿਗੁਰ ਜੀ ਸਾਨੂੰ ਸਹਾਰ ਰਹੇ ਨੇ, ਨਹੀਂ ਤੇ ਕੋਈ ਸਹਾਰੇ ਨਾ ਸਾਨੂੰ। ਇਹ ਹੈ ਸਾਡਾ ਸੱਚ। ਹਮ ਪਾਪੀ ਪਾਖੰਡੀ ਲੋਭੀ ਭਰੇ ਹੋਏ ਹਾਂ ਸਾਡੇ ਅੰਦਰ, ਏਕ ਸਵਾਨ ਦੋਏ ਸਵਾਨੀ ਨਾਲ ਭਲਕੇ ਪੌਂਕੇ ਸਦਾ ਬਿਆਲ ਕੂੜ ਚੁੜਾ ਮੁੱਠਾ ਮੁਰਦਾਰ ਧਾਣਕ ਰੂਪ ਰਹਾਂ ਕਰਤਾਰ। ਧਾਣਕ ਰੂਪ ਧਾਰਿਆ ਆਪਣੇ ਅੰਦਰ, ਬਸ ਇਹ ਸਰੀਰ ਦੀ ਚਮੜੀ ਨੇ ਲੁਕੋਇਆ ਹੋਇਆ ਸਾਰਾ ਕੁਛ, ਪਰ ਅੰਦਰ ਬਹੁਤ ਕੁਛ ਪਾਪ ਭਰਿਆ ਹੋਇਆ। ਹਮ ਮੈਲ ਭਰੇ ਦੁਰਚਾਰੀਆ, ਇਹ ਸੱਚ ਹੈ ਸਾਡਾ। ਸਾਹਿਬ ਜੀ ਹਮਰਾ ਗੁਣ ਅਵਗੁਣ ਸਭ ਸਹਿਆ, ਗੁਣ ਵੀ ਅਤੇ ਅਵਗੁਣ ਵੀ ਸਾਰੇ ਤੁਸੀਂ ਬਰਦਾਸ਼ਤ ਕਰ ਲਏ, ਤਾਂ ਬਰਦਾਸ਼ਤ ਕਰਕੇ ਬਿਠਾ ਲਿਆ। ਕਰ ਮਸਤਕ ਧਾਰ ਸਾਜ ਨਿਵਾਜੇ, ਚਤੁਰ ਦਿਸ਼ਾ ਕੀਨੋ ਬਲ ਆਪਣਾ, ਆਪਣਾ ਤੇਜ ਦਿੱਤਾ ਅਤੇ ਕੀਤਾ ਕਿ ਸਿਰ ਉੱਪਰ ਕਰ ਧਾਰਿਓ ਕਿਰਪਾ ਕਟਾਖ। ਕਟਾਖ ਕਹਿੰਦੇ ਇੱਕ ਨਦਰ, ਜਿਹਨੂੰ ਅੱਖ ਖੋਲ੍ਹ ਕੇ ਬੰਦ ਕਰ ਲੈਣਾ ਨਾ, ਉਹਨੂੰ ਹੀ ਕਟਾਖ ਕਹਿੰਦੇ ਆ ਕਿ ਖੋਲ੍ਹਦੇ ਸਾਰ ਅੱਖ ਬੰਦ ਕਰ ਲਈ, ਇੰਨੇ 'ਚ ਤੁਹਾਡੀ ਨਦਰ ਮੇਰੇ 'ਤੇ ਪੈ ਗਈ, ਬਸ ਇੰਨੇ ਕਿਰਪਾ ਕਟਾਖ। ਇਸ ਕਟਾਖ 'ਚ ਅਵਲੋਕਨ ਕੀਨੋ ਦਾਸ ਕਾ ਦੁੱਖ ਵਿਦਾਰ, ਸਾਰੇ ਦੁੱਖ ਖਤਮ ਹੋ ਗਏ ਇਸ ਕਿਰਪਾ ਦੇ ਨਾਲ। ਤੁਸੀਂ ਕਿਰਪਾ ਕੀਤੀ ਜੀ, ਮਸਤਕ ਧਾਰ ਸਾਜ ਨਿਵਾਜੇ ਮੂਏ ਦੁਸ਼ਟ ਜੋ ਖਿਆ, ਜਿਹੜੇ ਦੁਸ਼ਟ ਮੈਨੂੰ ਖਾਂਦੇ ਸੀ, ਰੋਜ਼ ਮੈਨੂੰ ਤੰਗ ਕਰਦੇ ਸੀ, ਕਰ ਮਸਤਕ ਧਾਰ ਤੁਸੀਂ ਹੱਥ ਰੱਖਿਆ, ਸਾਜ ਨਿਵਾਜੇ ਮੈਨੂੰ ਨਿਵਾਜਿਆ ਆਪਣੇ ਪਿਆਰ ਦੇ ਨਾਲ, ਮੋਏ ਦੁਸ਼ਟ ਜਿਹੜੇ ਦੁਸ਼ਟ ਸਨ ਅੰਦਰ, ਕਹਿੰਦੇ ਜੋ ਖਿਆ ਮੈਨੂੰ ਜਿਉਣ ਨਹੀਂ ਦਿੰਦੇ ਸੀ, ਉਹਨਾਂ ਨੂੰ ਤੁਸੀਂ ਖਤਮ ਕੀਤਾ ਜੀ। ਪਰ ਉਪਕਾਰੀ ਸਰਬ ਸਧਾਰੀ ਸਫਲ ਦਰਸ਼ਨ ਸਹਿਜਿਆ ਕਹੋ ਨਾਨਕ ਨਿਰਗੁਣ ਕਉ ਦਾਤਾ ਚਰਨ ਕਮਲ ਉਰ ਧਰਿਆ। ਸਹਿਜ ਆਨੰਦ ਹੋਆ ਵਡਭਾਗੀ ਕਿਹਨੂੰ ਹੋਇਆ, ਜਿਹਨੇ ਪ੍ਰਭੂ ਨਾਲ ਮਿਲ ਕੇ ਮੰਗਲ ਗਾਇਆ, ਜਿਹਨੇ ਸਤਸੰਗਤ ਦੇ ਵਿੱਚ ਮਿਲ ਕੇ ਆਨੰਦ ਪੜਿਆ ਹੈ, ਗੁਰੂ ਦੀ ਬਾਣੀ ਨੂੰ ਪੜਿਆ ਹੈ। ਪਰਉਪਕਾਰੀ ਸਰਬ ਸਾਧਾਰੀ, ਜਿਹਨੂੰ ਆਪਾਂ ਅਰਦਾਸ ਰੂਪ 'ਚ ਰੋਜ਼ ਪੜ੍ਹਦੇ ਹਾਂ ਕਿ ਸੱਚੇ ਪਾਤਸ਼ਾਹ ਜੀ ਕਿ ਤੁਸੀਂ ਸਰਬਤ ਦਾ ਭਲਾ ਮੰਗਣ ਦੀ ਜਾਚ ਦਿਓ ਸਾਨੂੰ, ਅਸੀਂ ਸਿਰਫ ਆਪਣਾ ਭਲਾ ਨਾ ਮੰਗੀਏ ਕਿ ਤੇਰੇ ਭਾਣੇ ਸਰਬਤ ਦਾ ਭਲਾ। ਇਹ ਹੈ ਕਿ ਤੁਹਾਡਾ ਬਿਰਦ ਇਹੋ ਜਿਹਾ, ਪਰਉਪਕਾਰ ਕਰਦੇ ਹੋ ਸਰਬ ਸਾਧਾਰੀ ਸਫਲ ਦਰਸ਼ਨ ਸਹਿਜਾਇਆ, ਸਹਿਜਿਆ ਸਹਿਜ ਆਇਆ ਜਿਹਨੇ ਪ੍ਰਭੂ ਦਾ ਦਰਸ਼ਨ ਪਾ ਲਿਆ, ਉਹਦਾ ਜੀਵਨ ਸਫਲ ਹੋਇਆ। ਕਹੋ ਨਾਨਕ ਨਿਰਗੁਣ ਕਹੋ ਦਾਤਾ, ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ, ਸਤਿਗੁਰ ਢਾਕ ਲਿਆ ਮੋਹੇ ਪਾਪੀ ਪੜਦਾ, ਪ੍ਰਭੂ ਨੇ ਮੇਰੇ ਪਾਪ ਢੱਕ ਲਏ ਹੈ, ਪਰ ਸੰਤਾਂ ਦੇ ਸੰਗ ਦੇ ਵਿੱਚ ਬੈਠ ਕੇ ਸਤਿਗੁਰ ਜੀ ਨੇ ਕਹੋ ਨਾਨਕ ਨਿਰਗੁਣ ਕਹੋ ਦਾਤਾ, ਨਿਰਗੁਣ ਨੂੰ ਦਾਤ ਦੇਣ ਵਾਲਾ ਚਰਨ ਕਮਲ ਉਰ ਧਰਿਆ, ਮੈਂ ਪ੍ਰਭੂ ਦੇ ਚਰਨ ਪ੍ਰਭੂ ਦੀ ਬਾਣੀ ਆਪਣੇ ਉਰ ਹਿਰਦੇ ਵਿੱਚ ਵਸਾਉਣ ਦਾ ਯਤਨ ਕੀਤਾ ਜੀ। ਦੇਵ ਗੰਧਾਰੀ ਮਹਿਲਾ ਪੰਜਵਾ ਅਨਾਥ ਨਾਥ ਪ੍ਰਭ ਹਮਾਰੇ ਸ਼ਰਨ ਆਇਓ ਰਾਖਣ ਹਾਰੇ ਰਹਾਉ। ਨਾਥ ਕਛੂ ਨਾ ਜਾਣਾ ਮਨ ਮਾਇਆ ਕਹਿ ਹਾਥ ਬਿਕਾਨਾ, ਜਾਣੋ ਹੀ ਨਹੀਂ, ਜਾਣਿਆ ਹੀ ਨਹੀਂ ਅਸੀਂ। ਨਾਥ ਕਹਿੰਦੇ ਹੈ ਨੱਥ ਪਾਉਣ ਵਾਲਾ ਹਸਮ, ਜਿਹੜਾ ਸਾਰਿਆਂ ਦਾ ਪਤੀ ਹੈ। ਨਾਥ ਕਛੂ ਨਾ ਜਾਣੋ, ਅਸੀਂ ਤੇਰੇ ਬਾਰੇ ਨਹੀਂ ਜਾਣ ਸਕੇ ਪ੍ਰਭੂ ਜੀ, ਸਾਡਾ ਹਾਲ ਕੀ ਹੈ, ਮਨ ਮਾਇਆ ਕਹਿ ਹਾਥ ਬਿਕਾਨਾ, ਇਨ ਮਾਇਆ ਜਗ ਮੋਹਿਆ ਬਿਰਲਾ ਬੁੱਝੈ ਕੋਈ ਬਾਬਾ ਮਾਇਆ ਸਾਥ ਨਾ ਹੋਏ। ਜਿਹੜੀ ਨਾਲ ਰਹਿਣ ਵਾਲੀ ਨਹੀਂ ਹੈ ਉਹਨੂੰ ਅਸੀਂ ਨਾਲ ਚਿੰਬੜੇ ਪਏ ਹਾਂ, ਭਾਵ ਕਿ ਤੁਹਾਨੂੰ ਵਿਸਰ ਗਏ ਹਾਂ। ਅਤੇ ਸਾਹਿਬ ਜੀ ਇਹ ਸਾਡਾ ਹਾਲ ਹੈ, ਦੇਵ ਗੰਧਾਰੀ ਮਹੱਲਾ ਪੰਜਵਾਂ ਅਨਾਥ ਨਾਥ ਪ੍ਰਭ ਹਮਾਰੇ, ਅਸੀਂ ਅਨਾਥ ਹੈਗੇ ਹਾਂ, ਤੁਸੀਂ ਨਾਥ ਹੋ। ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ ਪ੍ਰਾਣ ਨਾਥ ਅਨਾਥ ਸਖੇ, ਅਨਾਥਾਂ ਦੇ ਤੁਸੀਂ ਸਖੇ ਹੋ, ਅਨਾਥਾਂ ਨੂੰ ਰੱਖਣ ਵਾਲੇ ਹੋ, ਹੋਰ ਇਸ ਤੋਂ ਪਿਆਰਾ ਕੌਣ ਹੋਏਗਾ ਪ੍ਰਭੂ।
ਇਹ ਅਨਾਥ ਨਾਥ ਪ੍ਰਭ ਹਮਾਰੇ ਸ਼ਰਨ ਆਇਓ ਰੱਖਣ ਹਾਰੇ ਰਹਾਓ, ਅਸੀਂ ਸ਼ਰਨ ਆਇਆ ਤੁਸੀਂ ਸਾਨੂੰ ਰੱਖਣ ਵਾਲੇ ਹੋ ਜੀ। ਸਰਬ ਪਾਖ ਰਾਖ ਮੁਰਾਰੇ ਆਗੈ ਪਾਛੈ ਅੰਤੀ ਵਾਰੇ, ਸਾਰੇ ਪੱਖ ਪੂਰਨ ਵਾਲੇ ਹੋ, ਕੋਈ ਪੱਖ ਐਸਾ ਨਹੀਂ ਜਿਹੜਾ ਖਾਲੀ ਰਹਿ ਜੇ, ਤੁਸੀਂ ਸਰਬ ਗੁਣਾਂ ਤੋਂ ਸੰਪੂਰਨ ਕਰਨ ਵਾਲੇ ਹੋ, ਸਰਬ ਪੱਖ ਹੀ ਪੂਰਨ ਵਾਲੇ ਹੋ। ਵਿੱਦਿਆ ਦਾ ਪੱਖ ਤੁਸੀਂ ਪੂਰਦੇ ਹੋ, ਗੁਣਾਂ ਦਾ ਪੱਖ ਤੁਸੀਂ ਪੂਰਦੇ ਹੋ, ਇੱਜ਼ਤ ਦਾ ਪੱਖ ਤੁਸੀਂ ਪੂਰਦੇ ਹੋ, ਧਨਵੰਤ ਬਣਾ ਦਿੰਦੇ ਹੋਰ ਸਾਰੇ ਜਗਤ ਦੇ ਵਿੱਚ ਲੋਕਾਂ ਸਿਓ ਮੇਰਾ ਠਾਠਾ ਬਾਗਾ, ਇਹ ਵੀ ਪੱਖ ਪੂਰਦੇ ਹੋ ਕਿ ਦੁਨੀਆਂ ਦੇ ਲੋਕਾਂ ਦੇ ਵਿੱਚ ਵੀ ਆਓ ਭਗਤ ਹੋ ਜਾਂਦੀ ਹੈ। ਇਹਨੂੰ ਕਿਹਾ ਕਿ ਸਾਰਿਆਂ ਦੇ ਪੱਖ ਪੂਰਦੇ ਹੋ, ਸਰਬ ਪਾਖ ਰਾਖ ਮੁਰਾਰੇ ਮੁਰਾਰੇ ਪ੍ਰਭੂ ਤੁਸੀਂ ਸਾਰੇ ਪੱਖ ਰੱਖੋ, ਆਗੈ ਪਾਛੈ ਅੰਤੀ ਵਾਰ, ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਿਆਲ, ਇੱਥੇ ਵੀ ਤੁਸੀਂ ਬਚਾਓ, ਅੱਗੇ ਵੀ ਬਚਾਓ ਅਤੇ ਅੰਤ ਵੇਲੇ ਵੀ ਪ੍ਰਭੂ ਤੁਸੀਂ ਸਹਾਈ ਹੋਵੋ ਜੀ। ਜਬ ਚਿਤਵੋ ਤਬ ਤੁਹਾਰੇ ਹੁਣ ਸਮਾਰ ਮੇਰਾ ਮਨ ਸਧਾਰੇ, ਜਦ ਮੈਂ ਚੇਤੇ ਕਰਾਂ ਤਾਂ ਤੁਹਾਨੂੰ ਹੀ ਚੇਤੇ ਕਰਾਂ, ਜਦ ਮੈਂ ਚਿੰਤਨ ਕਰਾਂ ਤਾਂ ਦੁੱਖਾਂ ਅਤੇ ਫਿਕਰਾਂ ਦਾ ਨਾ ਕਰਾਂ, ਕੀ ਬਣੇਗਾ ਕੀ ਨਹੀਂ ਬਣੇਗਾ ਇਹਦਾ ਨਾ ਕਰਾਂ। ਇਹਨੂੰ ਕਿਹਾ ਜਬ ਚਿਤਵਾਉਂ ਤਬ ਤੁਹਾਰੇ, ਤੁਹਾਡੇ ਗੁਣਾਂ ਨੂੰ ਹੀ ਚੇਤੇ ਕਰਾਂ, ਉਨ ਸਮਾਰ ਉਹਨਾਂ ਗੁਣਾਂ ਨੂੰ ਚੇਤੇ ਕਰਕੇ ਕੀ ਹੋਏਗਾ, ਮੇਰਾ ਮਨ ਸਾਧਾਰੇ, ਚਿੰਤਾ ਨੂੰ ਚੇਤੇ ਕਰ ਕਰਕੇ ਹੋਰ ਚਿੰਤਾ ਵਧੇਗੀ, ਦੁੱਖਾਂ ਨੂੰ ਚੇਤੇ ਕਰ ਕਰਕੇ ਹੋਰ ਦੁੱਖਾਂ ਦਾ ਅੰਦਰ ਪ੍ਰਭਾਵ ਵਧੇਗਾ, ਪਰ ਤੁਹਾਡੇ ਗੁਣਾਂ ਨੂੰ ਤੁਹਾਡੀ ਬਾਣੀ ਨੂੰ ਚੇਤੇ ਕਰ ਕਰਕੇ ਮੇਰਾ ਮਨ ਸਾਧਾਰੇ, ਟਿਕ ਜਾਏਗਾ, ਪਵਿੱਤਰ ਹੋ ਜਾਏਗਾ ਜੀ। ਸੁਣ ਗਾਵੋ ਗੁਰ ਬਚਨਾਰੇ ਬਲ ਬਲ ਜਾਓ ਸਾਧ ਦਰ ਸਾਰੇ, ਸੁਣ ਕੇ ਮੈਂ ਸੁਣਿਆ ਹੈ ਜੀ, ਜਿਨ੍ਹਾਂ ਨੇ ਜਪਿਆ ਹੈ, ਜਿਨ ਹਰ ਜਪਿਆ ਸੇ ਹਰ ਹੋਏ, ਜਿਨ੍ਹਾਂ ਨੇ ਸੇਵਿਆ ਜਿਨ ਸੇਵਿਆ ਤਿਨ ਪਾਇਆ ਮਾਣ, ਮੈਂ ਸੁਣ ਲਿਆ ਅਤੇ ਮੈਂ ਹੁਣ ਗਾਉਣ ਲੱਗ ਗਿਆ, ਮੈਨੂੰ ਪਤਾ ਲੱਗ ਗਿਆ। ਸੁਣ ਗਾਵੋ, ਸੁਣ ਕੇ ਮੈਂ ਹੁਣ ਗਾਉਣ ਲੱਗ ਗਿਆ, ਕੀ ਗੁਰ ਬਚਨਾਰੇ, ਤੁਹਾਡੇ ਬਚਨ, ਪ੍ਰਿਯ ਬਚਨ ਤੁਹਾਰੇ, ਮੇਰੇ ਮਨ ਨੂੰ ਸਧਾਰਨ ਦੇਣ ਵਾਲੇ, ਸਧਾਰ ਦੇਣ ਵਾਲੇ, ਬਲ ਬਲ ਜਾਊਂ ਸਾਧ ਦਰ ਸਾਰੇ, ਤੁਹਾਡੇ ਬਖਸ਼ੇ ਹੋਇਆਂ ਦੇ ਦਰਸ਼ਨ ਕਰਕੇ ਮੇਰਾ ਮਨ ਅੰਦਰੋਂ ਤ੍ਰਿਪਤ ਜਾਂਦਾ ਹੈ ਜੀ। ਮਨ ਮਹਿ ਰਾਖੋ ਏਕ ਅਸਾਰੇ, ਨਾਨਕ ਪ੍ਰਭ ਮੇਰੇ ਕਰਨੈ ਹਾਰੇ, ਜਿਸ ਤਰ੍ਹਾਂ ਚਾਤਰਕ ਨੂੰ ਬੂੰਦ ਦੀ ਪਿਆਸ ਹੈ, ਮੀਂਹ ਤੇ ਦਿਨ ਰਾਤੀ ਵਰਸ ਰਿਹਾ ਬਦਲਾਂ ਤੋਂ, ਪਰ ਉਹਨੂੰ ਪਿਆਸ ਹੈ ਸਵਾਂਤੀ ਬੂੰਦ ਦੀ, ਪਰ ਜਿਸ ਵੇਲੇ ਮੀਂਹ ਪੈਂਦਾ ਹੈ ਨਾ, ਜਿਸ ਪਾਸੇ ਵੀ ਮੀਂਹ ਪਏ, ਜਿਹੜਾ ਚਾਤਰਕ ਹੈ ਨਾ ਭਾਈ ਗੁਰਦਾਸ ਜੀ ਲਿਖਦੇ, ਉਹਦਾ ਸੁਭਾਅ ਹੈ ਬੱਦਲਾਂ ਨੂੰ ਵੇਖਦਾ ਉੱਚੀ ਉਡਾਰੀ ਮਾਰ ਕੇ, ਕਿਹੜੇ ਪਾਸੇ ਬੱਦਲ ਨੇ, ਜਿੱਥੇ ਬੱਦਲ ਹੁੰਦੇ ਆ ਉੱਥੇ ਥੱਲੇ ਬਹਿ ਜਾਂਦਾ ਕਿ ਮਤਾਂ ਇਸ ਬੱਦਲ ਵਿੱਚੋਂ ਮੀਂਹ ਪਏ ਕਿ ਸਵਾਂਤੀ ਮਿਲ ਜਾਏ, ਉਹ ਆਲਸ ਨਹੀਂ ਕਰਦਾ, ਉਹ ਹਰ ਬੱਦਲ ਦੇ ਥੱਲੇ ਜਾਂਦਾ। ਗੁਰੂ ਕਾ ਸਿੱਖ ਆਲਸ ਨਹੀਂ ਕਰਦਾ, ਹਰ ਸੰਗਤ ਦੇ ਵਿੱਚ ਪਹੁੰਚਦਾ, ਹਰ ਰੋਜ਼ ਪਹੁੰਚਦਾ, ਮਤਾਂ ਕਿ ਅੱਜ ਸਵਾਂਤੀ ਬੂੰਦ ਮਿਲ ਜਾਏ, ਮਤਾਂ ਕਿ ਇੱਥੋਂ ਮਿਲ ਜਾਏ, ਮਤਾਂ ਕਿ ਅੱਜ ਸਤਿਗੁਰੂ ਜੀ ਤਰੁੱਠ ਪੈਣ। ਇਹ ਹੈ ਆਸ ਪਿਆਸੀ ਪਿਰਕੈ ਤਾਂ ਹੀ ਜਿਉਂ ਚਾਤਰਿਕ ਬੁੰਦੇਰੇ, ਮੇਰੀ ਆਸ ਹੀ ਇਹ ਹੈ ਜਿਸ ਤਰ੍ਹਾਂ ਚਾਤਰਿਕ ਦੀ ਪਿਆਸ ਹੈ। ਕਹੋ ਨਾਨਕ ਜੀਅਰਾ ਬਲਿਹਾਰੀ ਦੇਹੋ ਦਰਸ, ਪ੍ਰਭ ਮੇਰੇ ਮੈਨੂੰ ਦਰਸ਼ਨ ਦਿਓ ਪ੍ਰਭੂ ਜੀ, ਇਹ ਮੇਰੇ ਮਨ ਦੀ ਆਸ ਹੈ, ਤੁਹਾਡੇ ਤੋਂ ਬਿਨਾਂ ਹੋਰ ਕੋਈ ਆਸ ਨਹੀਂ ਹੈ। ਇਸ ਰੂਪ ਦੇ ਵਿੱਚ ਕਿਹਾ ਸਤਿਗੁਰੂ ਜੀ, ਮਨ ਮੈਂ ਰਾਖੋ ਏਕ ਅਸਾਰੇ, ਇੱਕੋ ਹੀ ਆਸ, ਨਾਨਕ ਪ੍ਰਭ ਮੇਰੇ ਕਰਨੈ ਹਾਰੇ, ਤੁਸੀਂ ਕਰਨਹਾਰ ਪ੍ਰਭੂ ਹੋ, ਮੇਰੇ ਪਿਤਾ, ਮੇਰੇ ਪਤੀ, ਮੇਰੇ ਖਸਮ, ਮੇਰੇ ਸਾਈਂ, ਮੇਰੇ ਨਾਥ ਹੋ ਪ੍ਰਭੂ ਜੀ, ਤੁਸੀਂ ਮੇਰੇ ਹੋ ਅਤੇ ਸਾਰੇ ਜਗਤ ਦੇ ਕਰਨਹਾਰੈ ਹੋ ਜੀ। ਦੇਵ ਗੰਧਾਰੀ ਮਹਿਲਾ ਪੰਜਵਾਂ, ਪ੍ਰਭ ਇਹ ਮਨੋਰਥ ਮੇਰਾ, ਕਿਰਪਾ ਨਿਧਾਨ ਦਇਆਲ ਮੋਹ ਦੀਜੈ, ਕਰ ਸੰਤਨ ਕਾ ਚੇਰਾ ਰਹਾਉ। ਦੇਵ ਗੰਧਾਰੀ ਮਹਿਲਾ ਪੰਜਵਾਂ, ਪ੍ਰਭ ਇਹ ਮਨੋਰਥ ਮੇਰਾ, ਮੇਰੇ ਮਨ ਦਾ ਇਹ ਫੁਰਨਾ ਹੈ, ਇਹ ਮੇਰੇ ਮਨ ਦਾ ਇੱਕ ਬਿਰਤੀ ਹੈ ਕਿ ਸਤਿਗੁਰੂ ਜੀ ਕਿਰਪਾ ਨਿਧਾਨ ਦਇਆਲ ਮੋਹ ਦੀਜੈ, ਮੈਨੂੰ ਆਪਣੀ ਕਿਰਪਾ ਬਖਸ਼ਿਸ਼ ਦਿਓ ਅਤੇ ਉਸ ਬਖਸ਼ਿਸ਼ ਦਾ ਫਲ ਕੀ ਮਿਲੇ, ਕਰ ਸੰਤਨ ਕਾ ਚੇਰਾ, ਤੁਹਾਡੀ ਸੰਗਤ ਦੀ ਧੂੜ ਬਣ ਜਾ, ਸਾਧੂ ਸੰਗ
ਭਜੋ ਗੋਪਾਲ ਆਨ ਸੰਜਮ ਕਿਛ ਨਾ ਸੂਜੈ ਇਹ ਜਟਨ ਜਤਨ ਕਾਟ ਕਲ ਕਾਲ। ਪ੍ਰਭੂ ਜੀ ਇਹ ਜਤਨ ਮੈਨੂੰ ਮਿਲੇ, ਤੁਹਾਡੀ ਸਤ ਸੰਗਤ ਮਿਲੇ, ਸਾਧ ਦੀ ਧੂੜੀ ਮਿਲੇ, ਤੁਹਾਡੀ ਸੰਗਤ ਦਾ ਚੇਲਾ ਬਣਾ ਮੈਂ, ਮੇਰੇ ਅੰਦਰ ਇਹ ਮਨੋਰਥ ਹੈ ਜੀ ਰਹਾਓ। ਪ੍ਰਾਤ ਕਾਲ ਲਾਗੋ ਜਨ ਚਰਨੀ ਨਿਸ ਬਾਸੁਰ ਦਰਸ ਪਾਵੋ, ਤਨ ਮਨ ਅਰਪ ਕਰੋ ਜਨ ਸੇਵਾ ਰਸਨਾ ਹਰ ਗੁਣ ਗਾਵੂ। ਇਹ ਮਨੋਰਥ ਇੱਥੇ ਵੀ ਬਸ ਨਾ ਹੋਏ, ਦਿਨ ਦੇ ਕੋਈ ਇੱਕ ਸਮੇਂ ਦੇ ਲਈ ਸੀਮਿਤ ਨਾ ਹੋਏ, ਸਵੇਰੇ ਵੀ ਹੋਏ, ਪ੍ਰਾਤਹ ਕਾਲ ਲਾਗੋ ਜਨ ਚਰਨੀ ਨਿਸ ਰਾਤ ਵੀ ਹੋਏ, ਬਾਸੁਰ ਦਿਨ ਵੀ ਹੋਏ, ਦਰਸ ਪਾਵੋਂ ਜਦ ਮੈਨੂੰ ਮੌਕਾ ਮਿਲੇ ਸਤਸੰਗਤ ਮੈਂ ਕਰਾਂ। ਪ੍ਰਾਤਹ ਕਾਲ ਹਰਨਾਮ ਉਚਾਰੀ ਈਤ ਊਤ ਕੀ ਓਟ ਸਵਾਰੀ, ਸਦਾ ਸਦਾ ਜਪੀਐ ਹਰਨਾਮ ਪੂਰਨ ਹੋਵੈ ਮਨ ਕੇ ਕਾਮ। ਕਹਿੰਦੇ ਉਸ ਪ੍ਰਭੂ ਨੂੰ ਦਿਨ ਰਾਤੀ ਅਰਾ ਦਿਓ, ਸੋ ਸ਼ਹੁ ਸੇਵ ਜਿਤ ਤੋਟ ਨਾ ਆਵੈ। ਕਹਿੰਦੇ ਉਹਨੂੰ ਚੇਤੇ ਕਰ ਜਿਹਨੂੰ ਚੇਤੇ ਕਰਨ ਨਾਲ ਕਦੀ ਵੀ ਮਨ ਦੀ ਤੋਟਾ ਨਹੀਂ ਆਉਂਦਾ, ਅਤੇ ਰਹਿਣ ਦਿਨਸ ਉਹਦਾ ਕੀਰਤਨ ਕਰ, ਸੰਗਤ 'ਚ ਜਾ ਕੇ ਜਦ ਮੌਕਾ ਮਿਲੇ। ਪ੍ਰਾਤਹ ਕਾਲ ਲਗੋਂ ਜਨ ਚਰਣੀ ਨਿਸ ਬਾਸੁਰ ਦਰਸ ਪਾਵੋਂ, ਤਨ ਮਨ ਅਰਪ ਕਰੋ ਜਨ ਸੇਵਾ। ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ, ਪੱਖਾ ਫੇਰੀ ਪਾਣੀ ਢੋਵਾਂ, ਜੋ ਦੇਵਹਿ ਸੋ ਖਾਈ ਪੀਹੈ, ਤਾਂ ਪਾਣੀ ਆਣੇ ਮੇਰਾ ਖਾਏ ਤਾਂ ਪੀਸਣ ਜਾਉ, ਕੀ ਕਰਾਂ। ਪੱਖਾ ਫੇਰੀ ਪੈਰ ਮਲੋਵਾਂ, ਜਪਤ ਰਹਾ ਤੇਰਾ ਨਾਉ, ਮੈਂ ਤੇਰਾ ਨਾਮ ਜਪਾਂ, ਤੇਰੇ ਜਨਾਂ ਦੀ ਸਤਸੰਗੀਆਂ ਦੀ ਸੇਵਾ ਦੇ ਵਿੱਚ ਜੁੜਾਂ, ਅਤੇ ਆਪਣੀ ਰਸਨਾ ਤੋਂ ਤੇਰਾ ਨਾਮ ਜਪਾਂ ਜੀ। ਸਾਸ ਸਾਸ ਸਿਮਰੋ ਪ੍ਰਭ ਆਪਣਾ, ਸੰਤ ਸੰਗ ਨਿਤ ਰਹੀਐ, ਏਕ ਆਧਾਰ ਨਾਮ ਧਨ ਮੋਰਾ, ਅਨੰਦ ਨਾਨਕ ਇਹ ਲਹੀਐ। ਸਾਸ ਸਾਸ ਮੈਂ ਪ੍ਰਭੂ ਜੀ ਤੁਹਾਡਾ ਚੇਤਾ ਕਰਾਂ, ਸੰਤ ਸੰਗ, ਮਾੜੀ ਸੰਗਤ ਨਹੀਂ, ਸੰਗਤ 'ਤੇ ਮਾੜੀ ਵੀ ਹੁੰਦੀ ਹੈ, ਸੰਗਤ 'ਤੇ ਚਾਰ ਰਲ ਜਾਣ ਉਹ ਵੀ ਹੁੰਦੀ ਹੈ, ਪਰ ਮੈਂ ਸਾਸ ਸਾਸ ਤੁਹਾਨੂੰ ਚੇਤੇ ਕਰਾਂ, ਅਤੇ ਨਾਲ ਹੀ ਸੰਤ ਸੰਗ ਨਿਤ ਰਹੀ ਹੈ, ਨਿਤ ਹੀ ਮੈਂ ਯਤਨ ਕਰਾਂ ਬਖਸ਼ਿਆ ਹੋਇਆਂ ਦੀ ਸੰਗਤ। ਏਕ ਆਧਾਰ ਨਾਮ ਧਨ ਮੇਰਾ, ਇੱਕੋ ਹੀ ਨਾਮ ਧਨ, ਤੁਹਾਡੇ ਪਿਆਰ ਤੁਹਾਡੇ ਦਰਸ਼ਨਾਂ ਦੀ ਪ੍ਰਾਪਤੀ ਦੇ ਵਿੱਚੋਂ ਜਿਹੜਾ ਖਜ਼ਾਨਾ ਹੈ ਉਹ ਮਿਲ ਜਾਏ। ਏਕ ਆਧਾਰ ਨਾਮ ਧਨ ਮੋਰਾ, ਅਨੰਦ ਨਾਨਕ ਇਹ ਲਹੀ ਹੈ, ਇਹੀ ਮੈਨੂੰ ਸਾਰੀ ਜ਼ਿੰਦਗੀ ਦਾ ਆਨੰਦ ਦੇਣ ਵਾਲਾ ਹੈ। ਦੁਨੀਆ ਦੇ ਸੁੱਖ ਚਿਰ ਸਥਾਈ ਨਹੀਂ ਹੈਗੇ, ਸੁੱਖ ਨਾ ਹੀ ਬਹੁਤੈ ਧਨ ਖਾਟੇ, ਸੁੱਖ ਨਾ ਹੀ ਪੇਖੇ ਨਿਰਤ ਨਾਟੇ, ਸੁੱਖ ਨਾ ਹੀ ਬਹੁ ਦੇਸ਼ ਕਮਾਏ। ਸਤਿਗੁਰ ਜੀ ਕਹਿੰਦੇ ਸਰਬ ਸੁੱਖ ਹਰ ਹਰ ਨਿਤ ਧਿਆਏ, ਨਾ ਸੁੱਖ ਹੈ ਬਹੁਤ ਧਨ ਖੱਟ ਕੇ ਸੁੱਖ ਮਿਲਦਾ, ਪਰ ਪਰਮ ਸੁੱਖ ਨਹੀਂ ਮਿਲਦਾ। ਜਿਸ ਦਿਨ ਆਉਂਦਾ ਹੈ ਗਰਭ ਕਰਦਾ, ਜਿਸ ਦਿਨ ਇਹ ਜਾਣ ਲੱਗਦੀ ਹੈ ਅਤੇ ਫਿਰ ਰੋਣਾ ਕੱਢ ਦਿੰਦੀ ਹੈ, ਇਸ ਕਰਕੇ ਇਹ ਵੀ ਦੁੱਖ ਬਣ ਜਾਂਦਾ। ਬਹੁਤ ਨਿਰਤ ਨਾਟਕ ਮੈਂ ਵੇਖਦਾ, ਮੈਨੂੰ ਲੱਗਦਾ ਕਿ ਸੁੱਖ ਮਿਲਦਾ, ਪਰ ਕਿੰਨੇ ਚਿਰਾਂ ਲਈ ਉਹ ਵੇਖ ਕੇ ਹਟਦਾ, ਮਨਾਂ ਦੇ ਕਲੇਸ਼ ਮੈਨੂੰ ਘੇਰ ਲੈਂਦੇ ਆ। ਮੈਨੂੰ ਲੱਗਦਾ ਕਿ ਚਲੋ ਥੋੜ੍ਹਾ ਬਹੁਤ ਚੇਂਜ ਹੋ ਜਾਏ, ਮੈਂ ਬਾਹਰ ਘੁੰਮ ਫਿਰ ਕੇ ਆਵਾਂ, ਉੱਧਰ ਚਲਾ ਜਾਵਾਂ, ਉੱਧਰ ਦੇਸ਼ ਹੀ ਬਦਲ ਲੈਂਦਾ, ਪਰ ਜਿਹੜਾ ਅੰਦਰ ਦੁੱਖ ਹੈ, ਅੰਦਰ ਚਿੰਤਾ ਹੈ, ਦੇਸ਼ ਬਦਲਣ ਨਾਲ ਵੀ ਬਹੁ ਦੇਸ਼ ਕਮਾਏ। ਪਰ ਸਤਿਗੁਰੂ ਜੀ ਕਹਿੰਦੇ ਆ ਜੇ ਪਰਮ ਸੁੱਖ, ਸਦਾ ਸੁੱਖ ਚਾਹੀਦਾ ਤਾਂ ਹਰ ਹਰ ਨਿਤ ਧਿਆਏ, ਪ੍ਰਭੂ ਨੂੰ ਚੇਤੇ ਕਰਨ ਵਿੱਚ ਹੀ ਸੁੱਖ ਹੈ। ਸਾਹਿਬ ਜੀ ਕਹਿੰਦੇ ਇਹ ਕੁਛ ਹੀ ਮੇਰੇ ਅੰਦਰ ਆਧਾਰ ਹੋਏ ਕਿ ਏਕ ਆਧਾਰ ਨਾਮ ਧਨ ਮੇਰਾ, ਅਨੰਦ ਨਾਨਕ ਇਹ ਲਈ ਹੈ। ਪੂਰਨ ਆਨੰਦ ਜੇ ਮੈਨੂੰ ਮਿਲੇ ਤਾਂ ਤੁਹਾਡੇ ਨਾਮ ਦੇ ਵਿੱਚੋਂ ਹੀ ਮਿਲੇਗਾ ਜੀ। ਰਾਗ ਦੇਵ ਗੰਧਾਰੀ ਮਹਿਲਾ ਪੰਜਵਾ, ਘਰ ਤੀਜਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਮੀਤਾ ਐਸੇ ਹਰ ਜੀਉ ਪਾਏ, ਛੋੜ ਨਾ ਜਾਈ ਸਦ ਹੀ ਸੰਗੇ, ਅਨ ਦਿਨ ਗੁਰ ਮਿਲ ਗਾਏ ਰਹਾਉ। ਰਾਗ ਦੇਵ ਗੰਧਾਰੀ ਮਹੱਲਾ ਪੰਜਵਾਂ, ਘਰ ਤੀਜਾ ਸਿਰਲੇਖ ਨਾਲ ਹੈ ਜੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੀਤਾ, ਮੇਰੇ ਮਿੱਤਰ ਪਿਆਰੇ ਜੀ ਹਰ ਜੀ, ਮੀਤਾ ਐਸੇ ਹਰ ਜੀਉ ਪਾਏ, ਐਸਾ ਮੈਂ ਮਿੱਤਰ ਪਾਇਆ, ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ, ਰੰਗ ਕੁਸੁੰਬੈ ਭੁੱਲੀ, ਕੱਚਾ ਰੰਗ ਮੈਂ ਭੁੱਲ ਗਈ ਹਾਂ ਹੁਣ, ਤਾਉ ਸੱਜਣ ਕੀਮ, ਮੈਂ ਕੀਮ ਨਾ ਪਾਉਂਦੀ, ਮੈਥੋਂ ਪਹੁੰਚਿਆ ਨਹੀਂ ਜਾਂਦਾ ਤੁਹਾਡੇ ਤੱਕ, ਮੈਂ ਨਹੀਂ ਪਹੁੰਚ ਸਕਦੀ, ਕਿਵੇਂ ਪਹੁੰਚਾ,
ਇਹ ਅੱਗੇ ਦੱਸਦੇ, ਛੋੜ ਨਾ ਜਾਈ ਸਦ ਹੀ ਸੰਗੇ ਅੰਨ ਦਿਨ ਗੁਰ ਮਿਲ ਗਾਏ। ਮੈਂ ਰਾਤ ਦਿਨ ਸਤਸੰਗਤ ਦੇ ਵਿੱਚ ਗੁਰੂ ਦੇ ਲਾਗੇ ਬੈਠ ਕੇ ਉਹਨੂੰ ਧਿਆਉਂਦੀਆਂ ਤਾਂ ਹੋ ਸਕਦਾ ਕਿ ਮੈਂ ਇਸ ਸਾਗਰ ਨੂੰ ਆਪਣੇ ਵਿੱਚ ਤਾਂ ਨਾ ਸਮਾ ਸਕਾਂ, ਪਰ ਇਹ ਲੋਟਾ ਮੈਂ ਇਸ ਸਾਗਰ ਦੇ ਵਿੱਚ ਲੀਨ ਕਰਦਾ, ਗਾ ਗਾ ਕੇ ਮੈਂ ਇਹਦਾ ਹੀ ਰੂਪ ਹੋ ਜਾਂ। ਤੁਹਾਨੂੰ ਤਾਂ ਨਹੀਂ ਮੈਂ ਪਾ ਸਕਦੀ, ਪਰ ਮੈਂ ਗਾ ਗਾ ਕੇ ਅੰਨ ਦਿਨ ਧਿਆ ਧਿਆ ਕੇ ਛੋੜ ਨਾ ਜਾਈ ਸਦ ਹੀ ਸੰਗੇ, ਤੁਸੀਂ ਨਾਲ ਰਹਿੰਦੇ ਹੋ ਜਦ ਮੈਂ ਤੁਹਾਨੂੰ ਚੇਤੇ ਕਰਦੀ ਹਾਂ। ਮੈਂ ਰਾਤ ਦਿਨ ਗੁਰੂ ਨਾਲ ਮਿਲ ਕੇ ਪ੍ਰਭੂ ਜੀ ਮੇਰੇ ਮਿੱਤਰ ਹਰ ਜੀ ਤੁਹਾਨੂੰ ਗਾਵਾਂ ਜੀ ਰਹਾਓ। ਮਿਲਿਓ ਮਨੋਹਰ ਸਰਬ ਸੁਖੈ ਨਾ ਤਿਆਗ ਨਾ ਕਤੂੰ ਜਾਏ, ਅਨਕ ਅਨਕ ਪਾਂਤ ਬਹੁ ਪੇਖੇ ਪ੍ਰੈ ਰੋਮ ਨ ਸਮ ਸਰ ਲਾਏ। ਆਹਾ, ਮਿਲਿਓ ਮਨੋਹਰ ਸਰਬ ਸੁਖੈ ਨਾ, ਸਾਰੇ ਸੁੱਖਾਂ ਦਾ ਦਾਤਾ ਮਿਲ ਗਿਆ, ਸਾਰੀ ਆਸਾਂ ਮਿਲ ਗਈਆਂ, ਜਿਹਨੂੰ ਕਿੱਥੇ ਥਾਂ ਨਹੀਂ ਮਿਲੀ ਪ੍ਰਭੂ ਨੇ ਉਹਨੂੰ ਇੱਥੇ ਥਾਂ ਦੇਤੀ। ਮਿਲਿਓ ਮਨੋਹਰ ਸਰਬ ਸੁਖੈ ਨਾ ਤਿਆਗ ਨਾ ਕਥੂੰ ਜਾਏ, ਛੱਡ ਕੇ ਨਹੀਂ ਜਾਣ ਵਾਲਾ ਰੱਬ, ਬਿਲਕੁਲ ਜਿਹਦੇ ਨਾਲ ਹੈ ਫਿਰ ਉਹਦੇ ਨਾਲ ਹੀ ਹੈ, ਸਦ ਸੰਗੇ ਹੀ ਹੈ। ਅਨਕ ਅਨਕ ਭਾਂਤ ਬਹੁ ਪੇਖੇ, ਬਹੁਤ ਕੁਛ ਵੇਖ ਲਿਆ ਜੀ, ਆਦ ਕਾਲ ਤੋਂ ਭਜਦੇ ਵੇਖ ਲਿਆ, ਬਹੁਤ ਥਾਵਾਂ 'ਤੇ ਜਾ ਕੇ ਦੇਖ ਲਿਆ। ਭੱਟ ਜੀ ਵੀ ਕਹਿੰਦੇ ਆ ਕਿ ਮੈਂ ਬੜੇ ਥਾਵਾਂ 'ਤੇ ਭਜਿਆ, ਬੜੇ ਥਾਵਾਂ 'ਤੇ ਦੇਖਿਆ। ਕਹਿੰਦੇ ਪੰਡਿਤ ਸੰਨਿਆਸੀ ਭੇਖਧਾਰੀ ਹਰ ਥਾਂ ਦੇਖ ਆਇਆ, ਕਹਿੰਦੇ ਕਿਨਹੇ ਨਾ ਪਰਚੋਂ ਲਾਇਓ ਬਰਸ ਏਕ ਹਾਂ ਫਿਰੋਂ, ਮੈਂ ਬੜਾ ਭਟਕ ਕੇ ਵੇਖ ਲਿਆ। ਇੱਕ ਗੱਲ ਮੈਨੂੰ ਸਮਝ ਆਈ ਹੈ ਦੁਨੀਆਂ ਦੇ ਲੋਕਾਂ ਦੇ ਵਿੱਚ ਅਤੇ ਰੱਬ ਦੇ ਸਰੀਕ ਜਿਹੜੇ ਬਣੇ ਹੋਏ ਨੇ, ਕੀ ਸਮਝ ਆਈ ਹੈ ਜੀ ਸੁਣੋ। ਅਨਕ ਅਨਕ ਭਾਂਤ ਬਹੁ ਪੇਖੇ ਪ੍ਰਿਯ ਰੋਮ ਨਾ ਸਮਸਰ ਲਾਏ, ਮੈਂ ਸਾਰੀ ਥਾਂ ਭੱਜ ਕੇ ਵੇਖ ਲਿਆ ਪਰ ਪ੍ਰਭੂ ਜੀ ਤੁਸੀਂ ਕਿਸੇ ਕੋਈ ਵੀ ਤੁਹਾਡੇ ਰੋਮ ਦੇ ਬਰਾਬਰ ਵੀ ਨਹੀਂ ਹੈ। ਆਹਾ ਹਾ, ਕਮਾਲ ਦੀ ਗੱਲ ਹੈ ਕਿ ਮੈਂ ਜਿੱਥੇ ਵੀ ਭਟਕ ਕੇ ਆਈ ਹਾਂ ਮੈਨੂੰ ਇਹ ਅਹਿਸਾਸ ਹੋਇਆ ਰੋਮ ਨਾ ਸਮਸਰ ਲਾਏ, ਕੋਈ ਵੀ ਇਸ ਧਰਤੀ 'ਤੇ ਰੱਬ ਜੀ ਤੁਹਾਡੇ ਇੱਕ ਵਾਲ ਜਿੰਨਾ ਵੀ ਨਹੀਂ ਹੈ, ਇੱਕ ਰੋਮ ਜਿੰਨਾ ਵੀ ਬਰਾਬਰ ਨਹੀਂ ਹੈ ਜੀ। ਮੰਦਰ ਪਾਗ ਸ਼ੋਭ ਦੁਆਰੈ ਅਨਹਤ ਰੁਣ ਚੁਣ ਲਾਏ, ਕਹੋ ਨਾਨਕ ਸਦਾ ਰੰਗ ਮਾਣੇ ਗ੍ਰਹਿ ਪ੍ਰੇਤੀ ਤੇ ਸਦ ਥਾਏ। ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣ ਆਇਆ। ਰੁਣ ਝੁਣ ਪਤਾ ਕਿਹਨੂੰ ਕਿਹਾ? ਕੋਈ ਖੁਸ਼ੀ ਦੀ ਖਬਰ ਸੁਣੀ ਦੀ, ਆਉਣ ਵਾਲੇ ਦਿਨਾਂ 'ਚ ਕੁਛ ਖੁਸ਼ ਨਿਵਾਜ਼ ਵਾਪਰਨ ਵਾਲਾ, ਕੁਛ ਖੁਸ਼ ਨਸੀਬੀ ਪੱਲੇ ਪੈਣ ਵਾਲੀ ਹੈ, ਕੋਈ ਚੰਗਾ ਦਿਨ ਚੜ੍ਹਨ ਵਾਲਾ। ਉਹਦੇ ਉਸ ਖੁਸ਼ੀ ਦੇ ਦਿਨ ਤੱਕ ਪਹੁੰਚਣ ਲਈ ਜਿਹੜੀ ਅੰਦਰ ਤਾਂਘ ਲੱਗੀ ਰਹਿੰਦੀ ਹੈ ਦਿਨ ਰਾਤ, ਅੰਦਰ ਮੱਠਾ ਮੱਠਾ ਜਿਹਾ ਪਿਆਰ, ਮੱਠਾ ਮੱਠਾ ਜਿਹਾ ਖੇੜਾ, ਉਹਨੂੰ ਰੁਣ ਚੁਣ ਗਿਆ, ਉਹਨੂੰ ਹੀ ਅੰਦਰ ਦੀ ਪ੍ਰੀਤ ਕਹੀ ਹੈ ਜਿਹੜੀ ਮੱਠੀ ਮੱਠੀ ਹੌਲੀ ਹੌਲੀ। ਪਰ ਉਹ ਖੁਸ਼ੀ ਮਿਲਣ ਤੋਂ ਬਾਅਦ ਨਾ ਫਿਰ ਘਟਣੀ ਸ਼ੁਰੂ ਹੋ ਜਾਂਦੀ ਹੈ ਉਸ ਦਿਨ ਤੋਂ ਬਾਅਦ ਫਿਰ ਉਹ, ਪਰ ਇਹ ਵਾਲੀ ਵੱਧਦੀ ਹੈ, ਇਹ ਜਿਹੜੀ ਲੱਗਦੀ ਹੈ ਇਹ ਅਨਹੱਦ ਹੀ ਲੱਗਦੀ ਹੈ, ਇਹਦੀ ਕੋਈ ਹੱਦ ਨਹੀਂ ਹੁੰਦੀ ਹੈ। ਮੰਦਰ ਭਾਗ ਸ਼ੋਭ ਦੁਆਰਾ, ਇਸ ਮੰਦਰ ਦੇ ਵਿੱਚ ਇਹਨੂੰ ਕਿਹਾ ਕਿ ਜੈ ਘਰ ਕੀਰਤ ਆਖੀਆ ਕਰਤੇ ਕਾ ਹੋਏ, ਇਸ ਘਰ ਦੇ ਵਿੱਚ ਕਿ ਤੁਮ ਗਾਵੋ ਮੇਰੇ ਨਿਰਭਉ ਕਾ ਹੋਂ ਵਾਰੀ, ਮੈਂ ਬਲਹਾਰ ਜਾ ਰਹੀ ਹਾਂ, ਜਿੱਤ ਸੁਹੇਲੈ ਸਦਾ ਸੁਖ ਹੋਏ ਸਦਾਈ। ਮੰਦਰ ਭਾਗ ਸ਼ੋਭ ਦੁਆਰਾ ਅਨਹਤ ਰੁਣ ਝੁਣ ਲਾਏ, ਦਿਨ ਰਾਤੀ ਹੁਣ ਪ੍ਰਭੂ ਜੀ ਤੁਹਾਡੀ ਸਿਫਤ ਸਲਾਹ ਦੀ ਖੁਸ਼ੀ ਅੰਦਰ, ਤੁਹਾਡੀ ਪ੍ਰਾਪਤੀ ਦੇ ਸਾਧਨ ਪਤਾ ਲੱਗ ਗਏ ਨੇ, ਅਨਹਦ ਸ਼ਬਦ ਵਾਜੇ, ਦਿਨ ਰਾਤੀ ਆਰਾਧਨ ਸ਼ੁਰੂ ਹੋ ਗਿਆ, ਕਹੋ ਨਾਨਕ ਸਦਾ ਰੰਗ ਮਾਣੇ। ਹੁਣ ਉਹ ਜੀਵ ਇਸਤਰੀ ਰੰਗ ਮਾਣਦੀ ਹੈ, ਗ੍ਰਹਿ ਪ੍ਰਿਯ ਥੀਤੇ ਸਦ ਥਾਏ, ਥੀਤੇ ਕਹਿੰਦੇ ਥਾਂ ਬਣ ਗਈ, ਮੇਰਾ ਗ੍ਰਹਿ ਪ੍ਰਭੂ ਦੇ ਲਈ ਸਦ ਥਾਏ, ਕਹਿੰਦੇ ਸਦਾ ਹੀ ਹੁਣ ਇਸ ਥਾਂ ਦੇ ਵਿੱਚ ਪ੍ਰਭੂ ਦਾ ਪ੍ਰਗਟਾਵਾ, ਪ੍ਰਭੂ ਦਾ ਨਿਵਾਸ ਇਸ ਘਰ ਦੇ ਵਿੱਚ ਹੋਣ ਵਾਲਾ ਹੈ ਜੀ। ਦੇਵ ਗੰਧਾਰੀ ਪੰਜਵਾਂ ਦਰਸ਼ਨ ਨਾਮ ਕਉ ਮਨ ਆਛੈ, ਭ੍ਰਮ ਆਇਓ ਹੈ ਸਗਲ ਥਾਨ ਰੇ ਆਹੇ ਪਰਿਓ ਸੰਤ ਪਾਛੈ ਰਹਾਓ। ਦੇਵ ਗੰਧਾਰੀ ਪੰਜਵਾਂ, ਦੋ ਚੀਜ਼ਾਂ ਦੀ ਤਾਂਘ ਹੈ ਜੀ, ਇੱਕ ਦਰਸ਼ਨ ਅਤੇ ਦੂਸਰਾ ਨਾਮ। ਦਰਸ਼ਨ ਨਾਮ ਕਹੋ ਮਨ ਆਛੈ, ਇੱਕ ਦਰਸ਼ਨ ਪ੍ਰਭੂ ਜੀ, ਦਰਸ਼ਨ ਪਿਆਸੀ ਦਿਨ ਸਰਾਤ, ਦਿਨ ਸਰਾਤ ਤੁਹਾਡੇ ਦਰਸ਼ਨ ਦੀ ਪਿਆਸ ਹੈ, ਅਤੇ ਇੱਕ ਪ੍ਰਭੂ ਜੀ ਤੁਹਾਡਾ ਨਾਮ, ਪ੍ਰਿਓ ਪ੍ਰਿਓ ਨਾਮ ਤੇਰਾ ਦਰਸ਼ਨ ਚਾਹੇ, ਇੱਕ ਨਾਮ ਅਤੇ ਇੱਕ ਦਰਸ਼ਨ, ਪ੍ਰਿਓ ਪ੍ਰਿਓ, ਜਿਸ ਤਰ੍ਹਾਂ ਸਾਵਣ 'ਚ ਬਬੀਹਾ ਪ੍ਰਿਓ ਪ੍ਰਿਓ ਕਰਦਾ, ਸਿੱਖ ਹਰ ਹਰ ਕਰਦਾ।
ਸਿੱਖ ਗੁਰੂ ਗੁਰੂ ਕਰਦਾ, ਸਿੱਖ ਰੱਬ ਰੱਬ ਕਰਦਾ। ਇਸ ਤਰ੍ਹਾਂ ਦਰਸ਼ਨ ਨਾਮ ਕਉ ਮਨ ਅੱਛ ਹੈ, ਤਾਂਗ ਹੈ, ਚਾਹੁੰਦਾ ਹੈ। ਭਰਮ ਆਇਓ ਹੈ ਸਗਲ ਥਾਨ ਰੇ, ਸਾਰੇ ਥਾਨਾਂ ਤੋਂ ਭਟਕ ਕੇ ਆ ਗਿਆ। ਆਹੇ ਪਰਿਓ ਸੰਤ ਪਾਛੈ ਮੇਰੋ ਸੁੰਦਰ, ਕਹੋ ਮਿਲੈ ਕਿਤ ਗਲੀ, ਹਰ ਕੇ ਸੰਤ ਬਤਾਵੋ ਮਾਰਗ, ਹਮ ਪੀਛੇ ਲਾਗ ਚਲੀ। ਅਸੀਂ ਹੁਣ ਸੰਤਨ ਦੇ ਪਿੱਛੇ ਤੁਰ ਪਏ ਹਾਂ, ਜਿਨ੍ਹਾਂ ਨੂੰ ਇਹ ਰਸਤਾ ਪਤਾ ਹੈ ਜੀ। ਰਹੋ ਕਿਸ ਹੋ ਸੇਵੀ ਕਿਸ ਆਰਾਧੀ, ਜੋ ਦਿਸ਼ਟੈ ਸੋ ਗਾਛੈ, ਸਾਧ ਸੰਗਤ ਕੀ ਸ਼ਰਣੀ ਪਰਿਐ, ਚਰਨ ਰੇਨ ਮਨ ਬਾਛੈ। ਕਿਸ ਹੋ ਸੇਵੀ ਕਿਸ ਆਰਾਧੀ, ਕਿਹੜੇ ਪਾਸੇ ਜਾਵਾਂ, ਕਿਹਨੂੰ ਮੈਂ ਆਪਣਾ ਰੱਬ ਆਖਾਂ, ਕਿਹਦੀ ਆਰਾਧਨਾ ਕਰਾਂ। ਜੋ ਦ੍ਰਿਸ਼ਟੈ ਸੋ ਗਾਛੈ, ਗਾਛੈ ਕਹਿੰਦੇ ਫਨਾ ਹੋਣ ਵਾਲਾ। ਸਾਵਣ ਸਰਸੀ ਕਾਮਣੀ ਚਰਨ ਕਮਲ ਸਿਓ, ਪਿਆਰ ਮੰਤਨ ਰੱਖਾ ਰੱਤਾ ਇੱਕ ਰੰਗ, ਸੱਚ ਨਾਮ ਆਧਾਰ। ਫਿਰ ਕੀ ਹੈ, ਵਿਖਿਆ ਰੰਗ ਕੁੜਾਵਿਆ, ਦਿਸਨ ਸੱਭੈ ਛਾਲ। ਜਿੰਨਾ ਦਿਸਦਾ ਹੈ ਨਾ ਪਸਾਰਾ, ਇਹ ਨਹੀਂ ਪੂਜਣ ਯੋਗ। ਪੂਜਣ ਯੋਗ ਤੇ ਅਕਾਲ ਹੈ, ਜਿਹਨਾਂ ਰੂਪ ਨਾ ਰੰਗ ਨਾ ਰੇਖ ਕਿਚ ਤ੍ਰੈ ਗੁਣ ਤੇ ਪ੍ਰਭ ਭਿੰਨ। ਉਸ ਜੋ ਦਿਸਦਾ ਸਭ ਫਨਾ ਹੋਏਗਾ, ਅਤੇ ਉਹ ਮਿਲੇਗਾ ਕਿੱਥੇ ਜਿਹੜਾ ਦਿਸਦਾ ਨਹੀਂ ਹੈ। ਸਾਧ ਸਤਿਗੁਰ ਸਾਹਿਬ ਜੀ ਕਹਿੰਦੇ, ਗੁਰੂ ਅਰਜਨ ਦੇਵ ਜੀ ਮਹਾਰਾਜ, ਸਾਧ ਸੰਗਤ ਕੀ ਸ਼ਰਣੀ ਪਰਿਐ, ਚਰਨ ਰੇਨ ਮਨ ਬਾਂਛ ਹੈ। ਸੰਗਤ ਦੀ ਸ਼ਰਣੀ ਪੈ ਜਾਈਏ, ਸਤਸੰਗਤ ਦੀ ਰੇਣ ਹੋ ਜਾਈਏ, ਇਹ ਚਰਨ ਕਮਲ ਪ੍ਰਭੂ ਦੇ ਹਿਰਦੇ ਵਿੱਚ ਇੱਥੇ ਜਾ ਕੇ ਵਸਣਗੇ ਜੀ। ਜੁਗਤ ਨਾ ਜਾਨਾ ਗੁਣ ਨਹੀਂ ਕੋਈ, ਮਹਾਂ ਦੁੱਤਰ ਮਾਏ ਆਛੈ, ਆਏ ਪਯੋ ਨਾਨਕ ਗੁਰ ਚਰਨੀ, ਤਉ ਉਤਰੀ ਸਗਲ ਦੁਰਾਛੈ। ਜੁਗਤ ਨਾ ਜਾਨਾ, ਮੈਨੂੰ ਜੁਗਤ ਹੀ ਨਹੀਂ ਪਤਾ ਕਿ ਇਸ ਮਾਇਆ ਦੁੱਤਰ, ਜਿਹੜਾ ਭਵ ਸਾਗਰ ਹੈ ਮਾਇਆ ਦਾ, ਇਹਨੂੰ ਤਰਿਆ ਨਹੀਂ ਜਾ ਸਕਦਾ। ਜਿਹੜਾ ਦੁੱਤਰ ਦਾ ਮਤਲਬ ਪਹਿਲਾਂ ਕਈ ਵਾਰੀ ਦੱਸਿਆ, ਜਿਹਨੂੰ ਕੋਈ ਆਪਣੇ ਯਤਨ ਨਾਲ ਆਪਣੀ ਜੁਗਤ ਨਾਲ ਨਹੀਂ ਤਰ ਸਕਦਾ। ਜਿਸ ਤਰ੍ਹਾਂ ਜੈਸੇ ਪਾਠ ਚਾਕੀ ਕੇ ਨਾ ਮੂੰਡ ਕੇ ਉਠਾਏ ਜਾਤ, ਕਲਾ ਕੀਏ ਲੀਏ ਜਾਤ, ਐਂਚਤ ਅਚਿੰਤ ਹੀ, ਜੈਸੇ ਗੱਜ ਕੇਹਰ ਨਾ ਬਲ ਕੀਏ ਬਸ ਹੋਤ, ਯਤਨ ਕੈ ਆਨੀਅਤ ਸਮਤ ਸਮਤ ਹੀ, ਜੈਸੇ ਬਰਿਤਾ ਬਨੋਦ ਸਗਲ ਪ੍ਰਬਲ ਦੇਖ। ਕਹਿੰਦੇ ਇਸ ਤਰ੍ਹਾਂ ਹੀ ਮੈਂ ਮਾਇਆ ਦਾ ਐਨ ਧਾਨਕ ਭਵ ਸਾਗਰ ਦੇਖ ਰਿਹਾ, ਪਰ ਮੈਂ ਪਾਰ ਕਿਵੇਂ ਉਤਰਾਂ। ਪਾਰ ਉਤਰਨ ਦੀ ਜਿਹੜੀ ਜੁਗਤ ਹੈ ਨਾ, ਭਾਈ ਗੁਰਦਾਸ ਜੀ ਕਹਿੰਦੇ ਆ, ਬਨਤਾ ਪਾਰ ਲਗਤ ਤੁਰਤ ਹੀ। ਜੇ ਗੁਰਬੇੜੀ ਗੁਰਤੁਲਹੜਾ ਗੁਰੂ ਬੇੜੀ ਮਿਲ ਜਾਏ ਤਾਂ ਫਿਰ ਪਾਰ ਲੰਘੇਗਾ, ਨਹੀਂ ਤਾਂ ਮਾਇਆ ਦਾ ਭਵ ਸਾਗਰ ਪਾਰ ਨਹੀਂ ਉਤਰਾ। ਇਵੇਂ ਗਾਏਬੋ ਬਜਾਏਬੋ ਸੁਣਾਏਬੋ ਨਾ ਕਛੂ ਤੈਸੇ, ਗੁਰ ਉਪਦੇਸ਼ ਬਿਨ ਤ੍ਰਿਗ ਤ੍ਰਿਗ ਚਤੁਰਾਇਕ ਹੈ। ਜਿੰਨੇ ਮਰਜ਼ੀ ਯਤਨ ਕਰੀ ਜਾਈਏ, ਕਹਿੰਦੇ ਅਸੀਂ ਗਾ ਵੀ ਰਹੇ ਹਾਂ, ਵਜਾ ਵੀ ਰਹੇ ਹਾਂ, ਸੁਣਾਈ ਵੀ ਜਾ ਰਹੇ ਹਾਂ, ਪਰ ਪ੍ਰਭੂ ਜੀ ਅਸੀਂ ਤੁਹਾਨੂੰ ਮਿਲਣ ਦਾ ਯਤਨ ਨਹੀਂ ਕਰ ਰਹੇ। ਜੁਗਤ ਨਾ ਜਾਣਾ ਗੁਣ ਨਹੀਂ ਕੋਈ, ਇਹ ਵਾਲੇ ਗੁਣ ਨਹੀਂ, ਕੋਈ ਗੁਣ ਨਹੀਂ ਹੈਗੇ। ਹਮ ਅਵਗੁਣ ਭਰੇ ਏਕ ਗੁਣ ਨਹੀਂ, ਮਹਾਂ ਦੁੱਤਰ ਮਾਏ ਅੱਛ ਹੈ। ਅੱਛ ਹੈ ਦਾ ਮਤਲਬ ਹੈ, ਇਹ ਮਾਇਆ ਦਾ ਮਹਾਂ ਦੁੱਤਰ ਜਿਹੜਾ ਭਵ ਸਾਗਰ ਹੈ, ਇਹ ਤਰਿਆ ਨਹੀਂ ਜਾ ਸਕਦਾ। ਆਏ ਪਰਿਓ ਨਾਨਕ ਗੁਰ ਚਰਣੀ, ਗੁਰੂ ਦੀ ਚਰਣੀ ਆ ਕੇ ਮੈਂ ਪਿਆ ਹਾਂ, ਤਾਂ ਉਤਰੀ ਸਗਲ ਦੁਰ ਅੱਛ ਹੈ। ਦੁਰ ਅੱਛ ਹੈ ਲਫਜ਼ ਹੈ, ਦੁਰਗੰਧ ਸਾਰੀ ਮੈਲ ਮੇਰੀ ਗੁਰੂ ਦੇ ਛਰਣੀ ਆ ਕੇ ਪਈ ਉਤਰ ਗਈ ਹੈ ਜੀ। ਦੇਵ ਗੰਧਾਰੀ ਪੰਜਵਾ ਜਪੋ, ਅੰਮ੍ਰਿਤਾ ਪ੍ਰੇ ਬਚਨ ਤੁਹਾਰੇ, ਅਤ ਸੁੰਦਰ ਮਨ ਮੋਹਨ ਪਿਆਰੇ, ਸਭ ਹੂੰ ਮਦ ਨਿਰਾਰੇ ਰਹਾਉ। ਦੇਵ ਗੰਧਾਰੀ ਪੰਜਵਾ ਅੰਮ੍ਰਿਤਾ, ਅੰਮ੍ਰਿਤਾ ਮੌਤ ਤੋਂ ਬਿਲਕੁਲ ਨਿਰਲੇਪ ਕਰ ਲੈਣ ਵਾਲੇ, ਅੰਮ੍ਰਿਤ ਦੇਣ ਵਾਲੇ, ਅੰਮ੍ਰਿਤਾ ਸਭ ਨੂੰ ਖੁਸ਼ੀਆਂ ਦੇਣ ਵਾਲੇ, ਪ੍ਰਿਆ ਬਚਨ ਤੁਹਾਰੇ। ਪਿਆਰੇ ਜੀ, ਤੁਹਾਡੇ ਬਚਨ ਕੈਸੇ ਕਮਾਲ ਦੇ ਨੇ, ਕੈਸਾ ਸ਼ਬਦ ਕਮਾਲ ਦਾ, ਇਹ ਅੰਦਰ ਲੱਗਦਾ ਅਤੇ ਸਾਰੇ ਵਿਕਾਰ ਕੱਟੇ ਜਾਂਦੇ ਆ, ਸਭ ਕੁਛ ਅੰਦਰ ਦੇ ਇਹ ਮਾੜੇ ਚਿੰਤਾ ਰੋਗ ਸਭ ਦੂਰ ਹੋ ਜਾਂਦੇ ਆ। ਅੰਮ੍ਰਿਤਾ ਪ੍ਰੇ ਬਚਨ ਤੁਹਾਰੇ, ਅਤ ਸੁੰਦਰ ਮਨਮੋਹਨ ਪਿਆਰੇ, ਤੁਸੀਂ ਸੁੰਦਰ ਹੋ, ਮਨ ਨੂੰ ਮੋਹ ਲੈਣ ਵਾਲੇ ਹੋ ਪਿਆਰੇ ਜੀ। ਸਭ ਹੂੰ ਮਧ, ਸਾਰਿਆਂ ਦੇ ਵਿੱਚ ਵੀ ਹੋ ਨਿਰਾਰੇ, ਅਤੇ ਫਿਰ ਸਾਰਿਆਂ ਤੋਂ ਨਿਰਲੇਪ ਵੀ ਹੋ, ਜਿਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਆ। ਆਪਾਂ ਪੜ੍ਹਦੇ ਹਾਂ, ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਭੋਗ ਨਾ ਸੋਗ ਨਾ ਭੈ ਹੈ, ਦੇਹ ਵਿਹੀਨ ਸਨੇਹੇ ਸਭੋ ਤਨ। ਕਹਿੰਦੇ ਦੇਹ ਤੋਂ ਬਿਨੀ ਹੈ, ਸਾਰਿਆਂ ਦੇ ਵਿੱਚ ਹੈ, ਪਰ ਕਹਿੰਦੇ ਨੇਹ ਬਿਰਤ, ਉਹ ਕਿਸੇ ਦੇ ਅੰਦਰ ਫਸਿਆ ਨਹੀਂ ਹੋਇਆ,
ਕਿਸੇ ਦਾ ਉਹਨੂੰ ਨੇ ਨਹੀਂ ਹੈ, ਅਗਹ ਹੈ, ਅੱਛਾ ਹੈ, ਸਾਰਿਆਂ ਦੇ ਅੰਦਰ ਵੀ ਹੈ ਪਰ ਸਾਰਿਆਂ ਤੋਂ ਨਿਰਲੇਪ ਵੀ ਹੈ। ਐਸਾ ਰੱਬ ਜਿਹੜਾ ਬਹੁਤ ਸੁੰਦਰ ਹੈ, ਜਿਹੜਾ ਮਨ ਨੂੰ ਮੋਹ ਲੈਂਦਾ ਹੈ। ਪ੍ਰਭੂ ਜੀ ਮੈਂ ਤੁਹਾਡੇ ਬਚਨ ਸੁਣ ਕੇ ਮੋਹੀ ਗਈ ਹਾਂ ਜੀ। ਰਹਾਓ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ ਬ੍ਰਹਮ ਮਹੇਸ਼ ਸਿੱਧ ਮੁਨ ਇੰਦਰਾ ਮੋਹਿ ਠਾਕੁਰ ਹੀ ਦਰ ਸਾਰੇ। ਇਹ ਬੜਾ ਕੀਮਤੀ ਸ਼ਬਦ ਹੈ ਜੀ, ਆਪਣੇ ਆਪ ਦੇ ਵਿੱਚ ਇਹ ਪੂਰਾ ਨਵੇਕਲਾ ਸ਼ਬਦ ਹੈ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਜਿੱਥੇ ਰਾਜ ਵੀ ਮੰਗਿਆ ਹੈ, ਜਿੱਥੇ ਮੁਕਤੀ ਵੀ ਮੰਗੀ ਹੈ ਬੜੀ ਥਾਵਾਂ 'ਤੇ, ਪਰ ਇਹ ਸ਼ਬਦ ਹੈ ਨਾ ਰਾਜ ਚਾਹੀਦਾ ਅਤੇ ਨਾ ਮੁਕਤੀ ਚਾਹੀਦੀ। ਕਮਾਲ ਦੀ ਗੱਲ ਹੈ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਬਸ ਇੱਕ ਗੱਲ, ਮਨ ਦੇ ਨੰਨੇ ਨੂੰ ਸਿਹਾਰੀ ਹੈ। ਮਨ ਦੇ ਵਿੱਚ ਕੀ ਚੀਜ਼ ਹੋਏ? ਪ੍ਰੀਤ, ਤੁਹਾਡਾ ਪਿਆਰ ਹੋਏ। ਮਨ ਪ੍ਰੀਤ ਕਿਸ ਚੀਜ਼ ਦੀ? ਚਰਨ ਕਮਲਾਰੇ, ਤੁਹਾਡੀ ਬਾਣੀ ਦੀ, ਤੁਹਾਡੇ ਮਿੱਠੇ ਬੈਨ ਦੀ, ਮਨੋਹਰ ਬੈਨ ਦੀ, ਤੁਹਾਡੀ ਪ੍ਰੇਰਾ ਅਤ ਸੁੰਦਰ ਮਨਮੋਹਨ ਪਿਆਰੇ, ਤੁਹਾਡੇ ਜਿਹੜੇ ਬਚਨ ਨੇ ਅੰਮ੍ਰਿਤਾ ਪ੍ਰੇ ਬਚਨ ਤੁਹਾਰੇ, ਉਹਦੀ ਪ੍ਰੀਤ ਬਣੇ। ਬ੍ਰਹਮ ਮਹੇਸ਼ ਸਿੱਧ ਮੁਨ ਇੰਦਰਾ, ਸਭ ਨੇ ਬ੍ਰਹਮਾ, ਕੋਈ ਬ੍ਰਹਮਾ ਨੂੰ ਪੂਜਦਾ, ਕੋਈ ਮਹੇਸ਼ਰ ਨੂੰ, ਕੋਈ ਸਿੱਧੀਆਂ ਪ੍ਰਾਪਤ ਕੀਤੇ ਮੁਨੀਆਂ ਨੂੰ, ਕੋਈ ਇੰਦਰ ਦੇਵਤਾ ਨੂੰ, ਪਰ ਮੇਰੇ ਵਾਸਤੇ ਮੋਹਿ ਠਾਕੁਰ ਹੀ ਦਰਸਾਰੇ, ਮੇਰੇ ਲਈ ਤਾਂ ਤੁਹਾਡੇ ਦਰਸ਼ਨ ਹੀ ਸਭ ਤੋਂ ਅਮੋਲ ਅਤੇ ਸਭ ਤੋਂ ਉੱਤਮ ਨੇ ਜੀ। ਦੀਨ ਦੁਆਰੇ ਆਇਓ ਠਾਕੁਰ ਸ਼ਰਨ ਪਰਿਓ ਸੰਤ ਹਾਰੇ, ਕਹੋ ਨਾਨਕ ਪ੍ਰਭ ਮਿਲੇ ਮਨੋਹਰ ਮਨ ਸੀਤਲ ਬਿਗ ਸਾਰੇ। ਦੀਨ, ਮੈਂ ਦੀਨ ਹਾਂ ਜੀ, ਨੰਨੇ ਨੂੰ ਔਂਕੜ ਹੈ ਇੱਕ ਵਚਨ, ਦੀਨ, ਮੈਂ ਦੀਨ ਹਾਂ। ਦੁਆਰਾ ਆਇਓ ਠਾਕੁਰ, ਤੁਹਾਡੇ ਮੈਂ ਦੁਆਰਾ ਆਇਆ ਪ੍ਰਭੂ ਜੀ। ਸ਼ਰਨ ਪਰਿਓ ਸੰਤ ਹਾਰੇ, ਮੈਂ ਦੇਖਿਆ ਕਿ ਸਤਸੰਗਤ ਪਹਿਲਾਂ ਹੀ ਬੈਠੀ ਸੀ। ਇਹ ਮੈਨੂੰ ਪਤਾ ਲੱਗਿਆ ਜੇ ਤੁਹਾਡੀ ਪ੍ਰਾਪਤੀ ਕਰਨੀ ਹੈ ਤਾਂ ਸੰਗਤ ਦੇ ਵਿੱਚ ਆ ਕੇ ਆਪਣੀ ਬਿਲਕੁਲ ਹਉਮੈ ਨੂੰ ਹਾਰ ਜਾਵਾਂ। ਮੈਂ ਆਪਣੀ ਹਉਮੈ ਨੂੰ ਖਤਮ ਕਰ ਦਿੱਤਾ ਸਤਸੰਗਤ ਦੇ ਵਿੱਚ ਬੈਠ ਕੇ। ਕਹੋ ਨਾਨਕ ਪ੍ਰਭ ਮਿਲੇ ਮਨੋਹਰ, ਇਵੇਂ ਮੈਨੂੰ ਪ੍ਰਭੂ ਮਿਲਿਆ ਜੀ। ਮਨ ਸੀਤਲ ਬਿਗ ਸਾਰੇ, ਮਨ ਖਿੜ ਗਿਆ ਅਤੇ ਸੀਤਲ ਹੋ ਗਿਆ ਜੀ। ਦੇਵ ਗੰਧਾਰੀ ਮਹਿਲਾ ਪੰਜਵਾ, ਹਰ ਜਪ ਸੇਵਕ ਪਾਰ ਉਤਾਰਿਓ, ਦੀਨ ਦਿਆਲ ਪਏ ਪ੍ਰਭ ਆਪਣੇ, ਬਹੁੜ ਜਨਮ ਨਹੀਂ ਮਾਰਿਓ ਰਹਾਓ। ਆਸਾਵਰੀ ਮਹੱਲਾ ਪੰਜਵਾਂ, ਗੁਰੂ ਅਰਜਨ ਦੇਵ ਮਹਾਰਾਜ, ਜਿਸ ਕਾ ਨਹਿ ਕੋਏ ਹਾਂ, ਜਿਸ ਕਾ ਪ੍ਰਭ ਸੋਏ ਹਾਂ, ਫਿਰ ਕੀ ਕਰੋ ਜੀ? ਅੰਤਰਗਤ ਬੁਝੈ ਹਾਂ, ਸੋ ਪ੍ਰਭ ਤਿਸ ਸੁਜੈ ਹਾਂ, ਫਿਰ ਕੀ ਕਰਦਾ ਪ੍ਰਭੂ? ਪਤਿਤ ਉਧਰ ਲੇਹੋ ਹਾਂ, ਨਾਨਕ ਅਰਦਾਸ ਇਹੋ ਮੇਰੇ ਮਨਾ। ਪ੍ਰਭੂ ਜੀ ਇਹ ਅਰਦਾਸ ਮੈਂ ਲੈ ਕੇ ਆਇਆ ਤੁਸੀਂ ਸਾਰਿਆਂ, ਜਿਹਦਾ ਕੋਈ ਵੀ ਨਹੀਂ ਨਾ, ਜਿਸ ਕਾ ਨਾਹੇ ਕੋਏ ਹਾਂ, ਤਿਸ ਕਾ ਪ੍ਰਭ ਸੋਏ ਹਾਂ, ਉਹਦੇ ਤੁਸੀਂ ਹੋ। ਇਹ ਸ਼ਬਦ ਉਹੀ ਹੈ ਜੀ, ਦੇਵ ਗੰਧਾਰੀ ਮਹੱਲਾ ਪੰਜਵਾਂ। ਹਰ ਜਪ ਸੇਵਕ, ਸੇਵਕ ਬਣ ਕੇ ਤੇ ਆ, ਪਾਰ ਉਤਾਰਿਓ, ਪ੍ਰਭੂ ਪਾਰ ਉਤਾਰਨ ਵਾਲਾ ਹੈ। ਸਾਰੀ ਆਸ ਛੱਡ ਛੱਡ ਕੇ ਪ੍ਰਭੂ ਕੋਲ ਆ। ਦੀਨ ਦਿਆਲ ਭਏ ਪ੍ਰਭ ਆਪਣੇ, ਜਿਹਦਾ ਕੋਈ ਵੀ ਨਹੀਂ ਹੈ, ਜਿਹੜਾ ਬੇਗਾਨੇ ਤੋਂ ਬੇਗਾਨਾ ਹੈ, ਉਹ ਦੀਨਾਂ ਨੂੰ ਦਿਆਲ ਕਰਨ ਵਾਲਾ ਹੈ। ਗਰੀਬ ਨਿਵਾਸ ਗੁਸਈਆਂ ਮੇਰਾ ਮਾਥੈ ਛਤਰ ਤਰੇ, ਐਸੀ ਲਾਲ ਖੁਦ ਬਿਨ ਕੌਣ ਕਰੇ, ਐਸਾ ਪਿਆਰ ਕੌਣ ਕਰੇਗਾ? ਸਾਰਿਆਂ ਨੇ ਧਕੇਲ ਦਿੱਤਾ, ਧੱਕ ਦਿੱਤਾ, ਸਾਰਿਆਂ ਨੇ ਬੇਗਾਨਾ ਕਰ ਦਿੱਤਾ, ਤੁਸੀਂ ਦਿਆਲ ਨੇ ਅਪਣਾ ਲਿਆ। ਭਏ ਪ੍ਰਭ ਆਪਣੇ, ਬਹੁੜ ਜਨਮ ਨਹੀਂ ਮਾਰਿਓ, ਮੇਰੇ ਸਾਰੇ ਪਾਪ ਖਤਮ ਕਰਕੇ ਜਨਮਾਂ ਮਰਨ ਤੋਂ ਬਚਾ ਲਿਆ ਰਹਾਓ। ਸਾਧ ਸੰਗਮ ਗੁਣ ਗਾਵੇ ਹਰ ਕੇ, ਰਤਨ ਜਨਮ ਨਹੀਂ ਹਾਰਿਓ, ਪ੍ਰਭ ਗੁਣ ਗਾਏ ਬਿਖੈ ਬਨ ਤਰਿਆ, ਕੁਲਹ ਸਮੂਹ ਉਧਾਰਿਓ। ਮੈਂ ਤੇ ਆਪਣੀ ਅਰਦਾਸ ਕਰਨ ਆਇਆ ਸੀ ਸਤਿਗੁਰੂ ਜੀ ਕਿ ਮੈਂ ਬਚ ਜਾਵਾਂ, ਪਰ ਤੁਸੀਂ ਇੰਨੇ ਦਿਆਲ ਨਿਕਲੇ, ਇੰਨੇ ਗੱਫੇ ਤੁਸੀਂ ਦਿੱਤੇ, ਇੰਨਾ ਥੋਕ ਦੇ ਵਿੱਚ ਤੁਸੀਂ ਮੇਰੇ 'ਤੇ ਇੱਕ ਰਹਿਮ, ਇੱਕ ਆਪਣੀ ਪ੍ਰਸਾਦ ਦਾ ਮੀਂਹ ਵਰਸਾਇਆ। ਸਾਧ ਸੰਗਮ, ਸੰਗਮ ਜਿੱਥੇ ਹੋ ਜਾਏ ਨਾ, ਉਹ ਥਾਂ ਹਮੇਸ਼ਾ ਪੂਜਨੀਕ ਹੁੰਦਾ। ਇਸ ਧਰਤੀ 'ਤੇ ਜਿੱਥੇ ਜਿੱਥੇ ਨਦੀਆਂ ਦਾ ਸੰਗਮ ਹੈ, ਉਹ ਥਾਂ ਤੀਰਥ ਯੋਗ ਹੈ ਜੀ। ਭਾਵੇਂ ਉਹ ਤ੍ਰਿਵੈਣੀ ਹੋਏ, ਅਲਾਹਾਬਾਦ 'ਚ ਬੜਾ ਪੂਜਨੀਕ ਥਾਂ ਹੈ, ਇੱਥੇ ਵੀ ਜਿੱਥੇ ਗੰਗਾ ਜਮਨਾ ਦਾ ਮੇਲ ਹੈ ਉਹ ਵੀ ਪੂਜਨੀਕ ਹੈ। ਔਰ ਜਿਸ ਵੇਲੇ ਕਿਸੇ ਚੀਜ਼ ਦਾ ਸੰਗਮ ਹੋਏ,
ਜਿਸ ਤਰ੍ਹਾਂ ਸਿੱਖ ਦਾ ਗੁਰੂ ਦਾ ਸੰਗਮ ਹੋਏ, ਸਿੱਖ ਦਾ ਸੰਗਤ ਦਾ ਸੰਗਮ ਹੋਏ, ਰਾਤ ਅਤੇ ਦਿਨ ਦਾ ਸੰਗਮ ਹੋਏ। ਜਿਹੜਾ ਸੰਗਮ ਵਾਲਾ ਸਮਾਂ ਹੈ ਨਾ, ਜਿਹੜੀ ਸੰਗਮ ਵਾਲੀ ਇੱਕ ਬਿਰਤੀ ਹੈ, ਇੱਕ ਮਰਿਆਦਾ ਹੈ, ਉਹ ਹਮੇਸ਼ਾ ਨਿਰਮਲ ਤੋਂ ਨਿਰਮਲੀ ਹੁੰਦੀ ਹੈ। ਤਾਂਹੀਓ ਅਸੀਂ ਅੰਮ੍ਰਿਤ ਵੇਲਾ ਕਹਿੰਦੇ ਹਾਂ, ਤਾਂਹੀਓ ਅਸੀਂ ਤਰਕਾਲਾ ਵੇਲਾ, ਆਥਣ ਵੇਲਾ, ਲੋਡਾ ਵੇਲਾ, ਕਿਉਂਕਿ ਉਹ ਵੇਲਾ ਪਵਿੱਤਰ ਹੈ। ਅਸੀਂ ਕਿਉਂ ਆਥਣ ਵੇਲੇ, ਤਰਕਾਲਾ ਵੇਲੇ ਗੁਰੂ ਨੂੰ ਚੇਤੇ ਕਰਦੇ ਹਾਂ? ਕਿਉਂਕਿ ਨਾ ਉਹ ਸ਼ਾਮ ਹੈ, ਨਾ ਉਹ ਰਾਤ ਹੈ ਅਤੇ ਨਾ ਉਹ ਸ਼ਾਮ ਹੈ, ਨਾ ਉਹ ਦਿਨ ਹੈ ਅਤੇ ਨਾ ਰਾਤ ਹੈ, ਉਹ ਇੱਕ ਵਿਚਕਾਰ ਦਾ ਮਿਲਾਪ ਹੈ। ਇਹੀ ਅੰਮ੍ਰਿਤ ਵੇਲਾ ਹੈ, ਨਾ ਉਹ ਸਵੇਰ ਹੈ ਅਤੇ ਨਾ ਉਹ ਰਾਤ ਹੈ। ਉਹਦੇ ਵਿਚਕਾਰ ਜਿਹੜਾ ਉਸ ਸਮੇਂ ਦੇ ਵਿੱਚ ਬੰਦਗੀ ਕਰ ਲੈਂਦਾ ਨਾ, ਉਹ ਸੱਚੀ ਜਿਹੜੀ ਚੀਜ਼ ਸੰਗਮ ਵੱਲ ਹੈ, ਜਿਹਨੂੰ ਸਾਰੀ ਕੁਦਰਤ ਦੀ ਤਾਕਤ ਸੰਗਮ ਵੱਲ ਲੈ ਕੇ ਜਾ ਰਹੀ ਹੈ, ਅਤੇ ਇੱਕ ਬੰਦਾ ਜੁੜ ਜਾਏਗਾ ਨਾ, ਉਹਦੀ ਜਿਹੜੀ ਐਨਰਜੀਜ਼ ਨੇ ਉਹ ਪੂਰੀ ਨੇਚਰ ਦੀ ਐਨਰਜੀ ਦੇ ਫਲੋ ਦੇ ਨਾਲ ਤੁਰ ਪਏਗੀ। ਜਿਸ ਪਾਸੇ ਉਹ ਤੁਰਨਾ ਚਾਹੇਗਾ, ਉਹ ਉਸ ਪਾਸੇ ਸੰਗਮ ਵੱਲ ਪਹੁੰਚ ਜਾਏਗਾ। ਇਹਨੂੰ ਸਤਿਗੁਰੂ ਜੀ ਸਾਧ ਸੰਗਮ ਕਹਿੰਦੇ। ਆਹ ਵੇਲਾ ਧਨ ਹੈ ਜਿੱਥੇ ਸੰਗਮ ਹੋ ਰਿਹਾ, ਜਿੱਥੇ ਪ੍ਰਭੂ, ਅਤੇ ਇਹ ਕੋਈ, ਇਹ ਤਾਂ ਅਕਾਲ ਹੈ ਜੀ। ਹੁਣ ਇੱਥੇ ਇਸ ਸੰਗਮ ਦੇ ਵਿੱਚ ਕਾਲ ਨਾ ਮੰਨਿਓ, ਇਸ ਸੰਗਮ ਦੇ ਵਿੱਚ ਕੁਦਰਤ ਵੀ ਪਿੱਛੇ ਰਹਿ ਗਈ ਹੈ, ਕਿਉਂਕਿ ਇਹ ਵੀ ਸੰਗਮ ਹੋ ਰਿਹਾ, ਇਹ ਵੀ ਮਿਲਾਪ ਹੋ ਰਿਹਾ, ਪਰ ਕੁਦਰਤ ਪਰਾਂ ਰਹਿ ਗਈ ਹੈ, ਕਿਉਂਕਿ ਇਹ ਅਰਸ਼ਾਂ ਦਾ ਮਿਲਾਪ ਹੋ ਰਿਹਾ, ਇਹ ਧੁਰ ਸਤਸੰਗੀ ਜਨਾਂ ਦਾ ਮਿਲਾਪ ਹੋ ਰਿਹਾ, ਇਹ ਪੂਰਵ ਜਨਮ ਕੇ ਮਿਲੇ ਸੰਜੋਗੀਆਂ ਦਾ ਮਿਲਾਪ ਹੋ ਰਿਹਾ। ਇਸ ਕਰਕੇ ਇਹ ਪਵਿੱਤਰ ਹੁੰਦਾ ਸਮਾਂ, ਜਿੰਨਾ ਸਮਾਂ ਇਹ ਸਾਧ ਸੰਗਮ ਗੁਣ ਗਾਵਹਿ ਹੈ, ਹਰ ਕੇ ਰਤਨ ਜਨਮ ਨਹੀਂ ਹਾਰਿਓ। ਜਿਹੜਾ ਇਸ ਸੰਗਮ ਦੇ ਵਿੱਚ ਬੈਠ ਕੇ, ਹੁੰਦੇ ਸੰਗਮ ਦੇ ਵਿੱਚ ਸਾਰੇ ਮਨ ਦੇ ਫੁਰਨੇ ਛੱਡ ਕੇ ਗਾਉਣ ਲੱਗ ਜੇ, ਕਹਿੰਦੇ ਉਹ ਜਨਮਾਂ ਮਰਨਾ ਤੋਂ ਬਿਲਕੁਲ ਨਿਰਲੇਪ, ਪ੍ਰਭ ਗੁਣ ਗਾਏ ਬਿਖੈ ਬਨ ਤਰਿਆ। ਇਹ ਬਿਖੈ ਜ਼ਹਿਰੀ ਜੰਗਲ ਹੈ ਜੀ ਜ਼ਿੰਦਗੀ ਦੇ ਪਾਪਾਂ ਦਾ, ਇਹ ਤਰ ਜਾਂਦਾ ਹੈ। ਕੁਲਹ ਸਮੂਹ ਉਧਾਰਿਓ ਸੰਗਮ ਦੇ ਵਿੱਚ ਬੈਠਣ ਨਾਲ ਸਾਧ ਦੇ, ਕਹਿੰਦੇ ਕੁਲਾਂ ਦੀਆਂ ਕੁਲਾਂ ਤਰ ਜਾਂਦੀਆਂ ਨੇ ਜੀ। ਚਰਨ ਕਮਲ ਬਸਿਆ ਰਿਧ ਪੀਤਰ, ਸਾਸ ਗਿਰਾ ਸੇ ਉਚਾਰਿਓ, ਨਾਨਕ ਓਟ ਗਹੀ ਜਗਦੀਸ਼ੁਰ, ਪੁਨਃ ਪੁਨਃ ਬਲਹਾਰਿਓ। ਚਰਨ ਕਮਲ ਬਸਿਆ ਰਿਧ ਪੀਤਰ, ਹਿਰਦੇ ਦੇ ਵਿੱਚ ਪ੍ਰਭੂ ਵਸਿਆ, ਸਾਸ ਗਿਰਾਸ ਉਚਾਰਿਓ, ਸੰਗਤ 'ਚ ਇਹ ਜਾਚ ਮਿਲੀ ਕਿ ਸਾਹ ਲੈਣ ਲੱਗਿਆਂ ਵੀ ਵਾਹਿਗੁਰੂ, ਅਤੇ ਭੋਜਨ ਖਾਣ ਲੱਗਿਆਂ ਵੀ ਵਾਹਿਗੁਰੂ। ਨਾਨਕ ਓਟ ਗਈ ਜਗਦੀਸੁਰ, ਪੁਨਃ ਪੁਨਃ ਬਲਿਹਾਰਿਓ, ਮੈਂ ਵਾਰ ਵਾਰ ਪ੍ਰਭੂ ਤੋਂ ਬਲਿਹਾਰ ਜਾਂਦਾ ਹਾਂ ਜੀ। ਰਾਗ ਦੇਵ ਗੰਧਾਰੀ ਮਹਿਲਾ ਪੰਜਵਾ, ਘਰ ਚੌਥਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਕਰਤ ਫਿਰੇ ਬਨ ਪੇਖ, ਮੋਹਨ ਰਹਿਤ ਨਿਰਾਰ ਰਹਾਉ। ਵਿਸ਼ਰਾਮਾਂ ਦਾ ਵੀ ਧਿਆਨ ਰੱਖਿਓ ਜੀ, ਜਿੱਥੇ ਭਾਈ ਸਾਹਿਬ ਜੀ ਨੇ ਵਿਸ਼ਰਾਮ ਦੱਸਿਆ ਉੱਥੇ ਵਿਸ਼ਰਾਮ। ਰਾਗ ਦੇਵਗੰਧਾਰੀ ਮਹੱਲਾ ਪੰਜਵਾਂ, ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕਰਤ ਫਿਰੇ ਬਨ ਭੇਖ, ਜਿਹੜੇ ਭੇਖ ਕਰਕੇ ਜੰਗਲਾਂ ਦੇ ਵਿੱਚ ਜਾਂ ਬਿਲਕੁਲ ਦੁਨੀਆਂ ਤੋਂ ਨਿਰਲੇਪ ਹੋ ਜਾਂਦੇ ਆ। ਗੁਰੂ ਅਰਜੁਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਮੋਹਨ ਰਹਿਤ ਨਿਰਾਰ, ਰੱਬ ਉਹਨਾਂ ਦੇ ਨੇੜੇ ਨਹੀਂ ਰਹਿੰਦਾ, ਰੱਬ ਉਹਨਾਂ ਤੋਂ ਦੂਰ ਹੋ ਜਾਂਦਾ ਹੈ, ਕਿਉਂਕਿ ਉਹਨਾਂ ਨੂੰ ਆਪਣੇ ਭੇਖ ਦਾ ਹੀ ਅਹੰਕਾਰ ਹੈ ਜੀ। ਰਹਾਓ ਕਥਨ ਸੁਣਾਵਨ ਗੀਤ ਨੀਕੇ ਗਾਵਨ, ਮਨ ਮਹਿ ਧਰਤੇ ਗਾਰ। ਜਿਹੜੇ ਕਥਾ ਸੁਣਾਉਂਦੇ ਨੇ, ਨੀਕੇ ਗਾਵਨ, ਗੀਤ ਨੀਕੇ ਗਾਵਨ, ਬੜੇ ਸੋਹਣੇ ਸੋਹਣੇ ਰੱਬ ਦੀ ਉਸਤਤ ਦੇ ਗੀਤ ਵੀ ਗਾਉਂਦੇ ਨੇ। ਮਨ ਮੈਂ ਧਰਤੇ ਗਾਰ, ਗੌਰਵ ਹਾਂ ਮੈਂ ਕਿ ਅਸੀਂ ਵੀ ਕਰ ਲੈਂਦੇ ਹਾਂ, ਸਾਨੂੰ ਕਥਾ ਆਉਂਦੀ ਹੈ, ਸਾਨੂੰ ਇਹ ਆਉਂਦਾ, ਅਸੀਂ ਕਰਦੇ ਹਾਂ। ਸਤਿਗੁਰੂ ਜੀ ਕਹਿੰਦੇ ਕਿ ਰੱਬ ਉਹਨਾਂ ਤੋਂ ਵੀ ਕੌਂਸ ਦੂਰ ਹੈ, ਭੁਲੇਖਾ ਨਾ ਖਾ ਲਿਓ ਕਿ ਕਿੱਥੇ ਉਹ ਰੱਬ ਦੇ ਬਹੁਤ ਨੇੜੇ ਨੇ, ਉਹ ਵੀ ਰੱਬ ਦੇ ਨੇੜੇ ਨੇ, ਉਹਨਾਂ ਤੋਂ ਵੀ ਰੱਬ, ਕਿਉਂਕਿ ਉਹਨਾਂ ਦੇ ਅੰਦਰ ਗੁਮਾਨ ਹੈ ਜੀ। ਅਤ ਸੁੰਦਰ ਬਹੁ ਚਤੁਰ ਸਿਆਣੇ, ਵਿਦਿਆ ਰਸਨਾ ਚਾਰ। ਇਕੱਲੇ ਇਕੱਲੇ ਪਦ ਦਾ ਇੱਕ ਸ਼ਬਦ ਹੈ ਜੀ ਅਤ ਸੁੰਦਰ, ਇਹ ਸਭ ਤੋਂ ਮਹਿੰਗੀ ਲਿਖਤ ਹੁੰਦੀ ਹੈ ਜੀ, ਸਭ ਤੋਂ ਮਹਿੰਗੀ ਲਿਖਤ ਹੁੰਦੀ ਹੈ, ਇੱਕ ਪਦੇ ਦੇ ਵਿੱਚ ਸਾਰਾ ਤੋਲ ਪੂਰਾ ਕਰ ਦੇਣਾ। ਨਹੀਂ ਤਾਂ ਕਵਿਤਾ ਦੇਖੋ, ਦੋ ਤੁਕਾਂ ਦੇ ਵਿੱਚ ਹੀ ਕਵਿਤਾ ਦਾ ਤੋਲ ਪੂਰਾ ਹੁੰਦਾ, ਪਰ ਧੰਨ ਨੇ ਗੁਰੂ ਜੀ ਜੇ ਲਿਖ ਵੀ ਰਹੇ ਨੇ, ਧੰਨ ਲਿਖਾਰੀ ਨਾਨਕਾ, ਜੇ ਲਿਖ ਵੀ ਰਹੇ ਨੇ ਅਤੇ ਇੱਕ ਤੁਕ ਦੇ ਵਿੱਚ ਤੋਲ ਪੂਰਾ ਕਰਕੇ ਲਿਖ ਰਹੇ ਨੇ। ਕਿ ਅਤ ਸੁੰਦਰ ਬਹੁ ਚਤੁਰ ਸਿਆਣੇ, ਵਿਦਿਆ ਰਸਨ
ਵਿਦਿਆ ਰਸਨਾ ਚਾਰ, ਜਿਹੜਾ ਅਤ ਸੁੰਦਰ ਹੈ, ਕੁਲੀਨ ਚਤੁਰ ਹੈ, ਮੁੱਖ ਗਿਆਨੀ ਧਨਵੰਤ ਵੀ ਹੈ, ਉਹਨਾਂ ਦੇ ਲਾਗੇ ਵੀ ਰੱਬ ਨਹੀਂ ਹੈ, ਕਿਉਂ ਮ੍ਰਿਤਕ ਕਹੀਆ ਨਾਨਕਾ ਪ੍ਰੀਤ ਨਹੀਂ ਭਗਵੰਤ। ਅਤ ਸੁੰਦਰ ਨੇ, ਬਹੁ ਚਤੁਰ ਸਿਆਣੇ, ਵਿਦਿਆ ਰਸਨਾ ਚਾਰ, ਚਾਰ ਕਹਿੰਦੇ ਆ ਬਹੁਤ ਸੋਹਣੇ, ਚਾਰ ਅੱਖਰ ਜ਼ੁਬਾਨ ਤੋਂ ਬੋਲਣੇ ਆ ਗਏ ਨੇ, ਰਸਨਾ ਤੋਂ ਉਹ ਬੋਲ ਪੈਂਦੇ ਨੇ, ਬੜੇ ਉਹ ਹਰ ਤਰ੍ਹਾਂ ਦੀ ਗੱਲਬਾਤ ਬਣਾ ਲੈਂਦੇ। ਕਹਿੰਦੇ ਉਹਨਾਂ ਤੋਂ ਵੀ ਰੱਬ ਕੌਣ ਸੋ ਦੂਰ ਹੈ ਜੀ। ਮਾਨ ਮੋਹ ਮੇਰ ਤੇਰ ਬਿਭਰ ਜਿਤ ਇਹ ਮਾਰਗ ਖੰਡੇ ਤਾਰ। ਆਹਾ, ਕਿਉਂਕਿ ਇਹ ਮਾਰਗ ਹੀ ਖੰਡੇ ਤਾਰ ਹੈ, ਖੰਡੇ ਖੰਨਿਓ ਤਿੱਖੀ ਵੱਲ ਹੋਣੇ ਕੀ ਇਹ ਤਾਂ ਮਾਰਗ ਜਾਣਾ, ਇਸ ਮਾਰਗ 'ਤੇ ਚੱਲਣ ਲਈ ਹਉਮੈ ਤਿਆਗਣੀ ਪੈਂਦੀ ਹੈ, ਮਾਣ ਤਿਆਗਣਾ ਪੈਂਦਾ, ਮੇਰ ਤੇਰ ਵੀ ਤਿਆਗਣੀ ਪੈਂਦੀ ਹੈ, ਇੱਥੋਂ ਤੱਕ ਕਿ ਸਾਰਾ ਕੁਝ ਵਿਵਰਜਿਤ ਕਰਨਾ ਪੈਂਦਾ, ਸਭ ਕੁਛ ਘਟਾਉਣਾ ਪੈਂਦਾ, ਮਾਣ ਮੋਹ ਮੇਰ ਤੇਰ ਵਿਵਰਜਿਤ ਖਤਮ ਕਰਨੀ ਪੈਂਦੀ ਹੈ। ਇਹ ਮਾਰਗ ਖੰਡੇ ਧਾਰ, ਇਹ ਮਾਰਗ ਅਤ ਨੀਕਾ ਹੈ ਜੀ, ਕੋਈ ਵਿਰਲਾ ਹੀ ਇਸ ਮਾਰਗ 'ਤੇ ਤੁਰ ਸਕਦਾ ਹੈ ਜੀ। ਕਹੋ ਨਾਨਕ ਤਿੰਨ ਪਵ ਜਲ ਤਰੀਅਲੇ ਪ੍ਰਭ ਕਿਰਪਾ ਸੰਤ ਸੰਗਾਰ। ਹਾਂ, ਜੇ ਕੋਈ ਕਿ ਕਹੇ ਕਿ ਮੈਂ ਨਹੀਂ ਪ੍ਰਭੂ ਜੀ, ਤੁਸੀਂ ਤੁਹਾਡਾ ਹੀ ਸਭ ਕੁਛ, ਮੇਰੇ ਤੋਂ ਕੁਛ ਨਹੀਂ, ਕੋਈ ਯਤਨ ਨਹੀਂ। ਕਹੋ ਨਾਨਕ ਤਿੰਨ ਪਵ ਜਲ ਤਰੀਅਲੇ, ਅਤੇ ਸੰਗਤ ਦੇ ਵਿੱਚ ਆ ਕੇ ਸਾਰਾ ਕੁਛ ਸਤਸੰਗੀ ਜਨਾਂ ਦੇ ਹੀ ਬਲਹਾਰ ਜਾਣ ਵਾਲੀ ਬਿਰਤੀ ਹੋਏ। ਇਹਨੂੰ ਕਿਹਾ ਹੈ ਕਿ ਪ੍ਰਭ ਕਿਰਪਾ ਸੰਤ ਸੰਗਾਰ, ਸੰਤਾਂ ਦੀ ਸੰਗਤ ਦੇ ਜੇ ਕਰਕੇ ਬਿਲਕੁਲ ਰੰਚਕ ਮਾਤਰ ਹੋ ਮੈਂ ਨਾਰੇ, ਸਤਿਗੁਰੂ ਜੀ ਕਹਿੰਦੇ ਉਹ ਪ੍ਰਭੂ ਦੀ ਕਿਰਪਾ ਦਾ ਪਾਤਰ ਹੋ ਕੇ ਤਰ ਜਾਂਦਾ ਹੈ ਜੀ। ਰਾਗ ਦੇਵ ਗੰਧਾਰੀ ਮਹਿਲਾ ਪੰਜਵਾ ਘਰ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮੈਂ ਪੇਖਿਓਰੀ ਉੱਚਾ ਮੋਹਨ ਸਭ ਤੇ ਉੱਚਾ ਆਨ ਨ ਸਮਸਰ ਕੋ ਲਾਗੈ ਢੂੰਡ ਰਹੇ ਹਮ ਮੂਚਾ ਰਹਾਉ। ਰਾਗ ਦੇਵ ਗੰਧਾਰੀ ਮਹੱਲਾ ਪੰਜਵਾਂ ਘਰ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮੈਂ ਪੇਖਿਓਰੀ ਉੱਚਾ, ਮੈਂ ਵੇਖਿਆ ਕਿ ਪ੍ਰਭੂ ਤੇ ਉੱਚੇ ਤੋਂ ਉੱਚਾ, ਮੈਂ ਪੇਖਿਓਰੀ ਉੱਚਾ ਮੋਹਨ ਸਭ ਤੇ ਉੱਚੇ ਤੋਂ ਉੱਚੇ, ਮੈਂ ਬਹੁਤ ਦੇਖੇ ਨੇ ਪਰ ਮੋਹਨ ਪ੍ਰਭੂ ਸਾਰਿਆਂ ਤੋਂ ਉੱਚਾ। ਆਨ ਨਾ ਸੰਸਰ ਕੂ ਲਾਗੈ, ਉਹਦੇ ਵਰਗਾ ਕੋਈ ਢੁਕਦਾ ਨਹੀਂ ਹੈ। ਉੱਚੇ ਅਪਾਰ ਬੇਅੰਤ ਸਵਾਮੀ ਕੌਣ ਜਾਣੈ ਗੁਣ ਤੇਰੇ, ਕੌਣ ਪਹੁੰਚੇਗਾ। ਢੂੰਡ ਰਹੇ ਹਮ ਮੂਚਾ, ਕਹਿੰਦੇ ਇਸ ਰੂਪ ਦੇ ਵਿੱਚ ਇੰਨਾ ਉੱਚਾ, ਕਹਿੰਦੇ ਲੱਭ ਲੱਭ ਕੇ ਸਾਨੂੰ ਕੋਈ ਨਹੀਂ ਮਿਲਿਆ, ਤੁਹਾਡੇ ਵਰਗੇ ਤੁਸੀਂ ਹੋ ਜੀ ਰਹਾਓ। ਬਹੁ ਬੇਅੰਤ ਅਤ ਬਡੋ ਗਾਹਰੋ ਥਾਂ ਨਹੀਂ ਅਗ ਉੱਚਾ ਤੋਲ ਨਾ ਤੁਲੀਐ ਮੋਲ ਨਾ ਮੁਲੀਐ ਕਤ ਪਾਈਐ ਮਨ ਰੂਚਾ। ਬਹੁ ਬੇਅੰਤ, ਤੂੰ ਬੇਅੰਤ ਕੋ ਵਿਰਲਾ ਜਾਣੇ, ਗੁਰਪ੍ਰਸਾਦ ਕੋ ਸ਼ਬਦ ਪਛਾਣੇ। ਬਹੁ ਬੇਅੰਤ ਅਦ ਬਡੋ ਗਾਹਰੋ, ਬੜੇ ਗੰਭੀਰ ਹੋ ਪ੍ਰਭੂ ਜੀ, ਬੜੇ ਗਹਿਰ ਗੰਭੀਰ ਹੋ, ਅਸੀਂ ਸੋਚ ਵੀ ਨਹੀਂ ਸਕਦੇ ਇੰਨੀ ਗੰਭੀਰਤਾ ਤੁਹਾਡੇ ਵਿੱਚ ਹੈ। ਥਾਨ ਨਹੀਂ ਅਗ ਹੂਚਾ, ਹੂਚਾ ਬਹੁਤ ਉੱਚਾ, ਐਸਾ ਥਾਨ ਹੈ ਕਿ ਇਸ ਥਾਂ 'ਤੇ ਕੋਈ ਨਹੀਂ ਪਹੁੰਚ ਸਕਦਾ, ਤੁਹਾਡਾ ਇੰਨਾ ਅਗਾਂਹ ਤੋਂ ਅਗਾਂਹ ਹੈ। ਤੋਲ ਨਾ ਤੁਲੀਐ ਮੋਲ ਨਾ ਮੁਲੀਐ, ਨਾ ਮੋਲ ਅਤੇ ਨਾ ਕੋਈ ਤੋਲ ਤੁਹਾਨੂੰ ਦੇ ਕੇ ਕੋਈ ਖਰੀਦ ਸਕਦਾ। ਕੰਚਨ ਸਿਉਂ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ, ਮਨ ਦੇ ਕੇ ਵੀ ਕੋਈ ਲਏ ਅਤੇ ਤਾਂ ਮਿਲੇ। ਮਤ ਪਾਈਐ ਮਨ ਰੂਚਾ, ਇਸ ਰੂਪ ਦੇ ਵਿੱਚ ਕੋਈ ਮਨ ਦੇ ਅੰਦਰ ਰੂਚਾ ਰੁਚੀ ਭਾਵ ਗੁਰੂ ਦਾ ਪਿਆਰ, ਕੋਈ ਕਹੇ ਕਿ ਮੈਂ ਖਰੀਦ ਲਵਾਂ, ਨਹੀਂ ਪਾ ਸਕਦਾ ਜੀ। ਖੋਜੇ ਅਸੰਖਾ ਅਨਕ ਤਪੰਥਾ ਬਿਨ ਗੁਰ ਨਹੀਂ ਪਹੁੰਚਾ, ਕਹੁ ਨਾਨਕ ਕਿਰਪਾ ਕਰੀ ਠਾਕੁਰ ਮਿਲ ਸਾਧੂ ਰਸ ਪੂੰਚਾ। ਖੋਜ ਅਸੰਖਾ ਅਨਕ ਤਪੰਥਾ ਬਿਨ ਗੁਰ ਨਹੀਂ ਪਹੁੰਚਾ, ਕਹਿੰਦੇ ਬੜੀ ਖੋਜ ਕਰਕੇ ਦੇਖ ਲਈਏ, ਬੜੇ ਰਸਤੇ ਦੇਖ ਲਏ ਨੇ, ਬਿਨ ਗੁਰੂ, ਗੁਰੂ ਤੋਂ ਬਿਨਾਂ ਕੋਈ ਪਹੁੰਚ ਨਹੀਂ ਸਕਦਾ ਉਸ ਇੱਕ ਪਰਮ ਮਾਰਗ ਤੱਕ। ਕਹੋ ਨਾਨਕ ਕਿਰਪਾ ਕਰੀ ਠਾਕੁਰ ਮਿਲ ਸਾਧੂ ਰਸ ਪੂੰਚਾ। ਜੇ ਕੋਈ ਕਿਰਪਾ ਗੁਰੂ ਦਾ ਪਾਤਰ ਬਣ ਜੇ ਉਹੀ ਪਹੁੰਚ ਸਕਦਾ, ਇਸ ਖਜ਼ਾਨੇ ਨੂੰ ਪ੍ਰਾਪਤ ਕਰ ਸਕਦਾ, ਨਹੀਂ ਤਾਂ ਕੋਈ ਵੀ ਉੱਥੇ ਤੱਕ ਅਪੜਿਆ ਨਹੀਂ ਹੈ ਜੀ। ਧੰਨਵਾਦ ਹੈ ਆਪ ਸਾਰਿਆਂ ਦੇ ਮਾਣ ਪਿਆਰ ਦਾ, ਸਮਾਂ ਸਮਾਪਤ ਹੈ ਜੀ। ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਆਪ ਬਖਸ਼ ਦੇਣਾ ਜੀ। ਧੰਨਵਾਦ ਹੈ ਭਾਈ ਸਾਹਿਬ ਭਾਈ ਰਾਜਵਿੰਦਰ ਸਿੰਘ ਜੀ ਦਾ, ਬਹੁਤ ਸੋਹਣਾ ਉਚਾਰਨ ਆਪ ਸੰਗਤਾਂ ਨੂੰ ਸਰਵਣ ਕਰਾ ਰਹੇ ਸੀ। ਅੱਜ ਦੀ ਵਿਚਾਰ ਬੰਗਲਾ ਸਾਹਿਬ
ਹੈਗੀ ਸੀ। ਬਹੁਤ ਧੰਨਵਾਦ ਆਪ ਸਾਰਿਆਂ ਸੰਗਤਾਂ ਦਾ, ਮੈਂ ਸ਼ੁਕਰਗੁਜ਼ਾਰ ਹਾਂ। ਕੱਲ੍ਹ ਦੀ ਵਿਚਾਰ ਹੋ ਰਿਹਾ ਜੀ, ਆਪ ਅਸੀਸ ਬਖਸ਼ਿਓ ਜੀ, ਆਪ ਸੰਗਤ ਜੀ ਦੇ ਸਦਕੇ ਹੀ ਸਾਰੇ ਕਾਰਜ ਸਫਲ ਨੇ। ਸਤਿਗੁਰੂ ਜੀ ਮਿਹਰ ਕਰਨ, ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਇਹ ਕਾਰਜ ਕਰਾਉਣ। ਧੰਨਵਾਦ ਹੈ ਜੀ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ।